ਮਨ ਲੋ ਵੀ ਜੇ ਕਿਤੇ ਤੁਸੀਂ ਉਹਨੂੰ ਇੱਕ ਵਾਰੀ ਉਹਦੇ ਦਿਨ ਚ ਨੇਪੀ ਚੇਂਜ ਕਰਨਾ ਵੀ ਭੁੱਲ ਗਏ ਨਾ ਤੁਹਾਡੇ ਅੰਦਰ ਗਿਲਟ ਆ ਜਾਂਦੀ ਹੈ ਮੈਂ ਨੇਪੀ ਨਹੀਂ ਚੇਂਜ ਕਰਨਾ ਭੁੱਲ ਗਈ ਮੈਂ ਬੱਚੇ ਨੂੰ ਦੇਖਿਆ ਨਹੀਂ ਹੈਗਾ ਹਨਾ ਕੋਈ ਚੀਜ਼ ਨਾਣੇ ਦੇ ਲਈ ਸਕਿਪ ਹੋ ਜਾਣਾ ਸਾਨੂੰ ਇਹ ਮਹਿਸੂਸ ਕਰਨ ਲਾ ਦਿੰਦਾ ਹੈ ਕਿ ਅਸੀਂ ਫੇਲ ਮਾਂ ਬਾਪਾਂ ਅਸੀਂ ਚੰਗੇ ਮਾਂ ਬਾਪ ਨਹੀਂ ਹੈਗੇ ਹਨਾ ਇਹ ਚੀਜ਼ ਹੈ ਕਿ ਅਸਲ ਚ ਅਸੀਂ इमोਸ਼ਨਲੀ ਜ਼ਿਆਦਾ ਟੈਸਟ ਹੋਣ ਲਿਆ ਉਹ ਜਿਹੜੀ इमोਸ਼ਨਲੀ ਜ਼ਿਆਦਾ ਅਟੈਚਮੈਂਟ ਆ ਉਹੀ ਹੌਲੀ ਹੌਲੀ ਸਾਨੂੰ ਜ਼ਿੰਮੇਵਾਰੀ ਲਈ ਗਿਲਟ ਪੈਦਾ ਕਰਨ ਲਾ ਦਿੰਦੀ ਹੈ ਅੱਜਕਲ ਕੁੜੀ ਨੂੰ ਮਹਿਸੂਸ ਹੋਣ ਲੱਗ ਗਈ ਆ ਕਿ ਨਹੀਂ ਮੈਂ ਜੇ ਮਦਰ ਬਣ ਗਈ ਮੇਰਾ ਵਿਆਹ ਹੋ ਗਿਆ ਮੇਰੀ ਲਾਈਫ ਦੀ ਫ੍ਰੀडम ਖਤਮ ਹੋ ਜੂ ਮੈਂ ਜੋ ਜ਼ਿੰਦਗੀ ਚ ਕਰਨਾ ਚਾਹੁੰਨੀ ਆ ਉਹ ਬਿਲਕੁਲ ਹੀ ਖਤਮ ਹੋ ਜੂ ਤੇ ਮੈਂ ਕਰ ਨਹੀਂ ਸਕਦੀ ਹੈਗੀ ਹੈਨਾ ਕਿ ਜ਼ਿੰਦਗੀ ਮਤਲਬ ਰੁਕ ਨਹੀਂ ਜਾਂਦੀ ਬੱਚੇ ਹੋਣ ਤੋਂ ਬਾਅਦ ਤੁਸੀਂ ਮਦਰ ਬਣ ਗਏ ਤੇ ਇਹਦਾ ਮਤਲਬ ਇਹ ਥੋੜੀਆ ਕਿ ਤੁਸੀਂ ਤਿਆਰ ਹੋ ਕੇ ਕਿਤੇ ਬਾਹਰ ਨਹੀਂ ਜਾ ਸਕਦੇ ਤੁਸੀਂ ਕਿਤੇ ਖਾਣ ਪੀਣ ਨਹੀਂ ਜਾ ਸਕਦੇ ਤੁਸੀਂ ਆਪਣੇ ਦੋਸਤਾਂ ਨੂੰ ਨਹੀਂ ਮਿਲ ਸਕਦੇ ਹੈਗੇ ਮਦਰਹੁੱਡ ਨੂੰ ਇੰਜੋਏ ਕਰੋ ਚੀਜ਼ਾਂ ਨੂੰ ਥੋੜਾ ਥੋੜਾ ਹੋਮੀ ਹੋਮੀ ਮੈਨੇਜ ਕਰ ਲਓ ਜੇ ਘਰ 'ਚ ਸਾਰੇ ਬੰਦੇ ਨਿਆਣਾ ਆਉਣ ਦੀ ਤਿਆਰੀ ਕਰਨ ਨਾ ਕਿ ਹਾਂ ਇੱਕ ਬੱਚੇ ਦੇ ਆਉਣ ਨਾਲ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਵਧਣ ਗਿਆ ਮੈਨੂੰ ਲੱਗਦਾ ਫੇਰ ਲੋਕ ਨਾ ਇੱਕ ਬੱਚੇ ਵਾਲੀ ਚੀਜ਼ ਰੱਖਣਗੇ ਨਾ ਕੋਈ ਦੋ ਜਾਂ ਤਿੰਨ ਬੱਚੇ ਪੈਦਾ ਕਰਨ ਤੋਂ ਡਰੂਗਾ ਹਨ ਆਪਣੇ ਮਾਪੇ ਨੂੰ ਐ ਨਹੀਂ ਸੀ ਪਤਾ ਵੀ ਇਹਨਾਂ ਦੀ ਪੜ੍ਹਾਈ ਦਾ ਸਕੋਪ ਕੀ ਆ ਅੱਗੇ ਚਾਹੇ ਕਿਹੜੀ ਪੜ੍ਹਾਈ ਪੜ੍ਹੇ ਕਹਿੰਦੀ ਉਹਨਾਂ ਨੂੰ ਸਿਰਫ ਇਹ ਪਤਾ ਹੁੰਦਾ ਸੀ ਵੀ ਇਹ ਪੜ੍ਹ ਰਹੇ ਨੇ ਤੇ ਅਸੀਂ ਇਹਨਾਂ ਦੀ ਫੀਸ ਦੇਣੀ ਆ ਹਨਾ ਹੁਣ ਅਨੰਤ ਐਲकेजी ਚਾ ਉਹਦੇ ਨਾਲ ਮੈਨੂੰ ਵੀ ਪੜਨਾ ਪੈਂਦਾ ਵਾ ਕਿੰਨੀ ਵਾਰੀ ਮੈਂ ਨਾ ਇਹ ਚੀਜ਼ਾਂ ਦੇਖੀਆਂ ਨੇ ਕਿ ਜਦੋਂ ਤੁਹਾਡੇ ਪਹਿਲਾ ਬੱਚਾ ਹੁੰਦਾ ਹਨਾ ਉਦੋਂ ਤੁਸੀਂ ਬਹੁਤ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੁੰਦੇ ਹੋ ਕਿ ਨਹੀਂ ਨਿਆਣਾ ਮਤਲਬ ਬਹੁਤ ਨਹਾਇਆ ਹੋਣਾ ਚਾਹੀਦਾ ਕੋਈ ਬਾਹਰੋਂ ਗੈਸਟ ਆਇਆ ਹੈ ਹਾਂ ਤੇ ਉਹ ਕਹੂਗਾ ਅੱਛਾ ਤੁਹਾਡਾ ਨਿਆਣਾ ਨਹਾਇਆ ਨਹੀਂ ਮਤਲਬ ਉਹਨੇ ਸਿੱਧਾ ਮਾਂ ਨੂੰ ਕਹਿਣਾ ਕਿ ਮਾਂ ਬੱਚੇ ਨੂੰ ਸਾਫ਼ ਨਹੀਂ ਰੱਖਦੀ ਹੈ ਨਾ ਬੱਚੇ ਤੋਂ ਬਾਅਦ ਕਹਿੰਦੇ 8 ਘੰਟੇ ਨੀਂਦ ਉਹ ਤੁਸੀਂ ਕਿਵੇਂ ਲਓ ਕਹਿੰਦੇ ਤੁਸੀਂ ਡੈਡੀ ਬਣ ਜਾਓ ਸਹੀ ਕਰ ਲੈ ਬੱਚੇ ਨੂੰ ਬਾਹਰ ਕਿਤੇ ਘਮਾਉਣ ਲੈ ਕੇ ਜਾ ਰਹੇ ਨੇ ਅਸੀਂ 10 ਵਾਰ ਦੱਸਾਂਗੇ ਵਿਚਨਾ ਛੱਡ ਜੋ ਕਾਰ ਦਾ ਸ਼ੀਸ਼ਾ ਡਾਊਨ ਨਾ ਕਰਿਓ ਇਹ ਕਿਤੇ ਹੱਥ ਨਾ ਬਾਹਰ ਕੱਢ ਲਵੇ ਅਸੀਂ ਭੁੱਲ ਜਾਂਦੇ ਹਾਂ ਵੀ ਉਹ ਬੱਚੇ ਦਾ ਪਿਓ ਆ ਮੈਂ ਕਿੰਨੇ ਸਾਲ ਘਰੇ ਰਹੀ ਮੈਂ ਇਸੇ ਲਈ ਰਹੀ ਵੀ ਮੈਨੂੰ ਲੱਗਦਾ ਸੀ ਮੇਰੇ ਨਿਆਣਿਆਂ ਨੂੰ ਸ਼ਾਇਦ ਮੇਰੀੋ ਜ਼ਰੂਰਤ ਆ ਹੁਣ ਵੀ ਮੇਰੇ ਨਿਆਣੇ ਘਰੇ ਰਹਿੰਦੇ ਨੇ ਉਹਨਾਂ ਨੂੰ ਉਸੇ ਵਕਤ ਚਾਹ ਮਿਲਦੀ ਆ ਉਸੇ ਵਕਤ ਰੋਟੀ ਮਿਲ ਜਾਂਦੀ ਆ ਤੇ ਉਹ ਮੈਨੂੰ ਜਾ ਕੇ ਕਹਿੰਦੇ ਹੁੰਦੇ ਆ ਵੀ ਤੁਹਾਡੇ ਨਾਲੋਂ ਜ਼ਿਆਦਾ ਹੀ ਖੁਸ਼ ਰਹਿੰਦੇ ਆ ਅਸੀਂ ਹਾਂ ਜੇ ਅਸੀਂ ਚਾਹਨੇ ਆ ਵੀ ਕੁੜੀਆਂ ਮਾਂ ਬਣਨ ਸਾਡੀ ਜਨਰੇਸ਼ਨ ਅੱਗੇ ਹੋਵੇ ਲੋਕੀ ਸਾਡੇ ਇੱਕ ਇੱਕ ਬੱਚੇ ਤੇ ਸੀਮਤ ਨਾ ਰਹਿਣ ਤਾਂ ਸਾਨੂੰ ਮਦਰਹੁੱਡ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਨਾਲੋਂ ਇੰਜਾਇਫੁਲ ਜ਼ਿਆਦਾ ਬਣਾਉਣਾ ਚਾਹੀਦਾ ਆ ਕਿ ਉਹਦੇ ਵਿੱਚ ਕੁੜੀ ਪਿੱਛੇ ਬੈਠੀ ਹੁੰਦੀ ਆ ਤੇ ਬੱਚੇ ਦੇ ਨਾ ਦਾਦਾ-ਦਾਦੀ ਉਹਨੂੰ ਸੰਭਾਲ ਰਹੇ ਹੁੰਦੇ ਨੇ ਕਿਤੇ ਨੈਪੀ ਚੇਂਜ ਕਰ ਰਹੇ ਸੀ ਜਾਂ ਕੁਛ ਦੁੱਧ ਪਿਆ ਰਹੇ ਸੀ ਥੱਲੇ ਕੈਪਸ਼ਨ ਲਿਖਿਆ ਹੋਇਆ ਸੀ ਇਹਨਾਂ ਨੇ ਹੀ ਕਿਹਾ ਸੀ ਨਹਾਣੇ ਕਰ ਲੋ ਸਾਡੀ ਸਰਕਲ ਚ ਕਿੰਨੇ ਜਾਣੇ ਨੇ ਜਿਨ੍ਹਾਂ ਨੇ ਕਿਹਾ ਕਿ ਯਾਰ ਮਤਲਬ ਤੁਹਾਨੂੰ ਤੁਸੀਂ ਦੂਜੇ ਬੱਚੇ ਬਾਰੇ ਸੋਚਿਆ ਹਨਾ ਮੈਨੂੰ ਲੱਗਦਾ ਕਿ ਉਹ ਉਹ ਲੋਕੀ ਨੇਗੇ ਜਿਨ੍ਹਾਂ ਨੂੰ ਪਹਿਲੇ ਬੱਚੇ ਬਾਰੇ ਬਿਲਕੁਲ ਹੈਲਪ ਨਹੀਂ ਮਿਲੀ ਸਾਡੀ ਸੁਸਾਇਟੀ ਦੀ ਸੋਚ ਹੀ ਇਸ ਚੀਜ਼ ਤੇ ਆ ਕਿ ਬੱਚਾ ਹੋ ਗਿਆ ਬਸ ਉਹ ਮਾਂ ਦਾ ਹੀ ਆ ਸਾਰਾ ਹਨਾ ਤੁਸੀਂ ਕਿਸੇ ਨੂੰ ਕਹੋ ਵੀ ਅੱਧਾ ਘੰਟਾ ਤੂੰ ਸਮਾੜ ਮੈਨੂੰ ਮੇਰੇ ਲਈ ਵੀ ਜ਼ਰੂਰਤ ਆ ਹਨ ਅਸੀਂ ਕਹਿੰਦੇ ਵੀ ਕੁਝ ਵੀ ਹੋ ਜਾਵੇ ਚਾਹੇ ਮੈਂ ਦਿਨ ਚ ਨਹਾਵਾਂ ਨਾ ਚਾਹੇ ਮੇਤੋਂ ਕੱਪੜੇ ਨਾ ਬਦਲੇ ਜਾਣ ਚਾਹੇ ਮੇਤੋਂ ਸਿਰ ਨਾ ਵਾਇਆ ਜਾਵੇ ਪਰ ਬਸ ਮੇਰੇ ਨਿਆਣੇ ਨੂੰ ਨਾ ਕੁਝ ਹੋ ਜਾਵੇ ਹਨ ਬੀ ਸੋਸ਼ਲ ਵੇਖਣ ਤੁਸੀਂ ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਗੱਲ ਤੇ ਗੱਲ ਦੇ ਨਵੇਂ ਐਪੀਸੋਡ 'ਚ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਗਲਤੀ ਗੱਲ 'ਚ ਅਸੀਂ ਬਹੁਤ ਸਾਰੇ ਵਿਸ਼ੇ ਡਿਸਕਸ ਕੀਤੇ ਕਿਉਂਕਿ ਤਕਰੀਬਨ ਪੌਣੇ 200 ਐਪੀਸੋਡ ਹੋਣ ਵਾਲਾ ਹੋ ਚੁੱਕਿਆ ਗਲਤੀ ਗੱਲ ਦਾ ਅਤੇ ਕੁਝ ਟਾਈਮ ਬਾਅਦ ਅਸੀਂ ਇਸ ਪ੍ਰੋਗਰਾਮ ਤੋਂ ਬ੍ਰੇਕ ਵੀ ਲਵਾਂਗੇ ਤਾਂ ਕਿ ਅਸੀਂ ਨਵੇਂ ਵਿਸ਼ਿਆਂ ਦੇ ਨਾਲ ਤਾਜ਼ਗੀ ਦੇ ਨਾਲ ਦੁਬਾਰਾ ਇਸ ਪ੍ਰੋਗਰਾਮ ਨੂੰ ਕਰ ਸਕੀਏ ਪਰ ਅੱਜ ਦੇ ਇਸ ਐਪੀਸੋਡ 'ਚ ਜੋ ਸੀ ਵਿਸ਼ਾ ਡਿਸਾਈਡ ਕੀਤਾ ਵੀ ਜਿਹਦੇ ਤੇ ਜਿਹਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਉਹ ਹੈ ਮਦਰਹੁੱਡ ਕਿਉਂਕਿ ਰੀਸੈਂਟਲੀ ਮੇਰਾ ਐਕਸਪੀਰੀਅੰਸ ਆ ਦੋ ਬੱਚਿਆਂ ਦੀ ਮਾਂ ਬਣਨ ਦਾ ਰੁਪਿੰਦਰਪਿੰਦ ਆਲਰੇਡੀ ਦੋ ਬੱਚਿਆਂ ਦੇ ਮਦਰ ਨੇ ਅਕਸਰ ਅਸੀਂ ਗੱਲ ਕਰਦੇ ਹੁੰਦੇ ਆ ਕਿ ਪਹਿਲੇ ਵਾਰੀ ਜਦੋਂ ਤੁਸੀਂ ਮਾਂ ਬਣੀ ਸੀ ਜਾਂ ਦੂਜੀ ਵਾਰੀ ਜਦੋਂ ਮਾਂ ਬਣੀਆ ਉਹਦੇ ਵਿੱਚ ਕੀ ਡਿਫਰੈਂਸ ਸੀਗਾ ਪਹਿਲੀ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਸਾਰੀਆਂ ਚੀਜ਼ਾਂ ਬਹੁਤ ਹੀ ਮਤਲਬ ਜਿਵੇਂ ਮਾਂ ਤਾਂ ਮੈਨੂੰ ਹਰ ਇੱਕ ਚੀਜ਼ ਦੀ ਬਹੁਤ ਟੈਨਸ਼ਨ ਹੋਣੀ ਚਾਹੀਦੀ ਆ ਮੈਂ ਹਰ ਇੱਕ ਚੀਜ਼ ਲਈ ਬਹੁਤ ਜ਼ਿਆਦਾ ਸੀਰੀਅਸ ਹੋਣੀ ਚਾਹੀਦੀਆਂ ਅਤੇ ਦੂਜੀ ਵਾਰ ਜਦੋਂ ਮੈਂ ਮਾਂ ਬਣੀ ਆ ਤਾਂ ਮੈਨੂੰ ਲੱਗਿਆ ਕਿ ਜਿਹੜਾ ਮਦਰਹੁੱਡ ਆ ਉਹ ਇੰਨੀ ਟੈਨਸ਼ਨ ਲੈਣ ਨਾਲੋਂ ਇੰਨੇ ਸੀਰੀਅਸ ਹੋਣ ਹੋਣ ਨਾਲੋਂ ਇੰਜੋਏ ਜ਼ਿਆਦਾ ਕਰਨਾ ਚਾਹੀਦਾ ਆ ਤੇ ਕਿ ਬਹੁਤ ਵਾਰੀ ਇੱਕ ਪ੍ਰੋਗਰਾਮ 'ਚ ਵੀ ਅਸੀਂ ਕੋਟ ਕਰਦੇ ਹੁੰਦੇ ਆ ਕਿ ਕਿਸੇ ਇੱਕ ਫਿਲਮ ਦੇ ਵਿੱਚ ਇੱਕ ਡਾਇਲੋਗ ਆ ਕਿ ਤੁਹਾਡੇ ਬੱਚਿਆਂ ਨੂੰ ਪਰਫੈਕਟ ਮਦਰ ਦੀ ਨਹੀਂ ਹੈਪੀ ਮਦਰ ਦੀ ਜ਼ਰੂਰਤ ਹੁੰਦੀ ਹੈ ਤੇ ਬਿਲਕੁਲ ਮਦਰਹੁੱਡ ਉਵੇਂ ਹੀ ਹੁੰਦਾ ਤੁਸੀਂ ਟੈਨਸ਼ਨ ਲੈਣ ਨਾਲੋਂ ਇਸ ਚੀਜ਼ ਨੂੰ ਜੇ ਇੰਜੋਏ ਜ਼ਿਆਦਾ ਕਰੋਗੇ ਤਾਂ ਤੁਸੀਂ ਜ਼ਿਆਦਾ ਖੁਸ਼ ਰਹਿ ਸਕਦੇ ਹੋ ਪ੍ਰੋਗਰਾਮ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਭੈਣ ਰੁਪਿੰਦਰ ਸੰਧੂ ਹਾਜ਼ਰ ਹੋਣਗੇ ਉਹਨਾਂ ਨੇ ਜੀ ਐ ਕਹਿੰਦੇ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਠੀਕ ਠਾਕ ਜਦ ਤੁਸੀਂ ਸ਼ੁਰੂ ਕਰ ਰਹੇ ਸੀ ਤਾਂ ਮੈਂ ਸੋਚੀ ਸੀ ਪਿੱਛੇ ਮਨਜੀਤ ਭਾਜੀ ਕੀ ਉਹਨਾਂ ਨੇ ਕਹਿੰਦੇ ਨੇ ਇਹਨਾਂ ਨੇ ਜੱਚਾ ਬੱਚਾ ਹਸਪਤਾਲ ਫੇਰ ਖੋਲ ਲਿਆ ਬਿਲਕੁਲ ਪਰ ਹਾਂ ਅਵੇਸ਼ਾ ਬਹੁਤ ਸੋਹਣਾ ਹੈ ਮੈਨੂੰ ਲੱਗਦਾ ਆਪਾਂ ਸ਼ਾਇਦ ਅੱਗੇ ਕਿਸੇ ਐਪੀਸੋਡ ਦੇ ਵਿੱਚ ਇਹਦੇ ਤੇ ਥੋੜੀ ਜੀ ਗੱਲਬਾਤ ਕੀਤੀ ਸੀਗੀ ਹਨਾ ਇਸ ਚੀਜ਼ ਤੇ ਆਪਾਂ ਨੇ ਐਗਜ਼ੈਕਟਲੀ ਇਸ ਚੀਜ਼ ਤੇ ਨਹੀਂ ਕੀਤੀ ਕਿ ਜਿਹੜਾ ਮਦਰਹੂਡ ਵਾ ਉਹਨੂੰ ਸਾਨੂੰ ਇੰਜੋਏ ਕਰਨਾ ਚਾਹੀਦਾ ਵਾ ਬਚਾਏ ਇਸ ਦੇ ਇਹ ਆਪਾਂ ਨੇ ਵੀ ਆਪਾਂ ਜਾਣ ਬੁੱਝ ਕੇ ਕਰਦੇ ਇਹ ਅਸਲ ਚ ਹੋ ਹੀ ਜਾਂਦਾ ਵਾ ਸੁਭਾਵਿਕ ਬਹੁਤ ਚੀਜ਼ ਆ ਕਿ ਸਾਨੂੰ ਇਹ ਲੱਗਦਾ ਕਿ ਮਾਂ ਬਣ ਕੇ ਇਹ ਪਤਾ ਨਹੀਂ ਸ਼ਾਇਦ ਉਹ ਪ੍ਰੋਗਰਾਮ ਸੁਣ ਲਗੇ ਵੀ ਵੀਰ ਜੀ ਸੁਨਪ੍ਰੀਤ ਦੇ ਇੱਕ ਫਰੈਂਡ ਨੇ ਕਿ ਤਾਂ ਉਹਨਾਂ ਦੇ ਜਦੋਂ ਬੀਟੀ ਹੋਈ ਕਹਿੰਦੇ ਉਹਨਾਂ ਨੇ ਨਾ ਸਵਾ ਮਹੀਨਾ ਦਾੜੀ ਹੋਈ ਨਹੀਂ ਕਟਾਈ ਮਹੀਨਾ ਦੋ ਮਹੀਨੇ ਸ਼ਾਇਦ ਕਹਿੰਦੇ ਉਹਨਾਂ ਦੀ ਦਾੜੀ ਬਹੁਤ ਵੱਡੀ ਵੀ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀਗੇ ਤੋ ਦਾੜੀ ਕਿਉਂ ਨਹੀਂ ਕਟਾਈ ਹੈਗੀ ਹੈ ਨਾ ਤੇ ਜਿਵੇਂ ਪਹਿਲਾਂ ਉਹ ਦਾੜੀ ਕਟੌਲਦੇ ਸੀਗੇ ਕਹਿੰਦੇ ਤੇਰੀ ਦਾੜੀ ਬਹੁਤ ਵੱਧ ਗਈ ਕਹਿੰਦਾ ਹਾਂ ਯਾਰ ਕੁੜੀ ਦਾ ਪਿਓ ਬਣ ਗਿਆ ਉਹ ਕਹਿੰਦੇ ਉਹਨਾਂ ਨੇ ਲੱਗੇ ਵੀ ਮੈਂ ਕੁੜੀ ਦਾ ਪਿਓ ਬਣ ਗਿਆ ਹੁਣ ਮੈਨਰੇ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਹੋਣਾ ਜ਼ਰੂਰੀ ਆ ਹਨਾ ਤੇ ਬਿਲਕੁਲ ਓਵੇਂ ਮਾਵਾਂ ਸੋਚਦੀਆਂ ਨੇ ਕਿ ਜਦੋਂ ਉਹਨਾਂ ਦੇ ਬੱਚੇ ਹੋ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਹਰ ਇੱਕ ਚੀਜ਼ 'ਚ ਸਾਡਾ ਸੀਰੀਅਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਇੱਕ ਚੀਜ਼ ਸਾਨੂੰ ਬੱਚੇ ਦੇ ਲਈ ਟੈਨਸ਼ਨ ਲੈ ਲੈ ਕੇ ਅਸੀਂ ਕਰਦੇ ਆ ਮਤਲਬ ਮੰਨ ਲਓ ਵੀ ਜੇ ਕਿਤੇ ਤੁਸੀਂ ਉਹਨੂੰ ਇੱਕ ਵਾਰੀ ਉਹਦੇ ਦਿਨ 'ਚ ਨੈਪੀ ਚੇਂਜ ਕਰਨਾ ਵੀ ਭੁੱਲ ਗਏ ਨਾ ਤੁਹਾਡੇ ਅੰਦਰ ਗਿਲਟ ਆ ਜਾਂਦੀ ਆ ਮੈਂ ਨੈਪੀ ਨਹੀਂ ਚੇਂਜ ਕਰਨਾ ਭੁੱਲ ਗਈ ਮੈਂ ਬੱਚੇ ਨੂੰ ਦੇਖਿਆ ਨਹੀਂ ਹੈਗਾ ਹਨਾ ਤੋ ਮਿਲਦਾ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਪੋਸਟਪਾਰਟਮ ਦੇ ਵਿੱਚ ਜਿਹੜਾ ਆਪਾਂ ਅਕਸਰ ਹੀ ਗੱਲਬਾਤ ਕਰਦੇ ਹੁੰਦੇ ਆ ਤਾਂ ਉਹਦੇ ਵਿੱਚ ਇੱਕ ਇਹ ਵੀ ਆ ਕਿ ਤੁਸੀਂ ਤੁਹਾਡੀ ਮੈਮਰੀ ਵੀ ਮਤਲਬ ਜਾਣ ਲੱਗ ਜਾਂਦੀ ਹੈ ਹਨਾ ਥੋੜੇ ਟਾਈਮ ਦੇ ਲਈ ਤਾਂ ਉਹ ਜਿਹੜੀਆਂ ਭੁੱਲਣਾ ਵਾ ਆਪਾਂ ਨੂੰ ਇਹ ਲੱਗਦਾ ਕਿ ਮਾਂ ਹੋ ਕੇ ਮੈਂ ਭੁੱਲ ਕਿਵੇਂ ਸਕਦੀ ਹਾਂ ਹਨਾ ਅਸਲ ਦੇ ਵਿੱਚ ਉਹ ਬਹੁਤ ਨੇਚਰਲ ਚੀਜ਼ ਹੁੰਦੀ ਹੈ ਕਿ ਤੁਹਾਡੇ ਦਿਮਾਗ 'ਚ ਪਹਿਲੇ ਬੱਚੇ ਵਾਰੀ ਵੀ ਬਹੁਤ ਕੁਝ ਚੱਲ ਰਿਹਾ ਹੁੰਦਾ ਪਹਿਲੇ ਬੱਚੇ ਦਾ ਬਹੁਤ ਕੁਝ ਚੱਲ ਰਿਹਾ ਹੁੰਦਾ ਜੀ ਤੁਸੀਂ ਵੈਸੀ ਪਹਿਲੀ ਵਾਰ ਮਾਂ ਬਣੇ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਤਜਰਬਾ ਵੀ ਨਹੀਂ ਹੁੰਦਾ ਹਨਾ ਮਿਲਦਾ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੁਣ ਜਿਹੜੇ ਬਖਤਾਵਾ ਟਾਈਮ ਮੈਂ ਜੋ ਸੋਚਿਆ ਮੈਂ ਸੋਚਿਆ ਕਿ ਅਨੰਤ ਵੇਲੇ ਨਾ ਮੈਂ ਹਰ ਇੱਕ ਚੀਜ਼ ਵੀ ਆ ਵੀ ਪਰਫੈਕਟ ਆ ਵੀ ਪਰਫੈਕਟ ਆ ਵੀ ਪਰਫੈਕਟ ਹਨਾ ਵੀ ਕਿਤੇ ਛੋਟੇ ਜਿਹੇ ਬੱਚੇ ਦੇ ਦਿਮਾਗ 'ਚ ਮਾਂ ਇਹ ਵੀ ਸੋਚੀ ਜਾਂਦੀ ਹਾਏ ਮੇਰਾ ਬੱਚਾ ਕੀ ਸੋਚ ਰਿਹਾ ਉਹ ਬੱਚਾ ਕੁਝ ਨਹੀਂ ਸੋਚ ਰਿਹਾ ਉਸ ਟਾਈਮ ਨਾ ਤਾਂ ਐਸ ਵੇਲੇ ਮੈਂ ਕੀ ਸੋਚਿਆ ਵੀ ਇਰ ਕੋਈ ਗੱਲ ਨਹੀਂ ਜੇ ਮੈਂ ਇੱਕ ਵਾਰੀ ਦਿਨ ਚ ਨੈਪੀ ਚੇਂਜ ਕਰਨਾ ਇਹਦਾ ਭੁੱਲ ਵੀ ਜਾਵਾਂਗੀ ਜਾਂ ਲੀਟ ਵੀ ਹੋ ਜੂਗੀ ਜੇ ਤਾਂ ਨੈਪੀ ਲੀਕ ਵੀ ਹੋਗੇ ਵੀ ਫਿਰ ਕੀ ਹੋ ਗਿਆ ਮਤਲਬ ਉਸ ਚੀਜ਼ ਤੇ ਗਿਲਟ ਨਹੀਂ ਲੈਣੀ ਹੈਗੀ ਹਾਂ ਇਹ ਤਾਂ ਹੈਗਾ ਕਿ ਬੱਚੇ ਨੂੰ ਤੁਸੀਂ ਸਮੇਂ ਦੇ ਨਾਲ ਸੰਭਾਲੋ ਚੰਗੀ ਤਰ੍ਹਾਂ ਸੰਭਾਲੋ ਪਰ ਜੇ ਤੁਸੀਂ ਉਹਨਾਂ ਚੀਜ਼ਾਂ ਦੀ ਗਿਲਟ ਲਈ ਜਾਉਂਗੇ ਤਾਂ ਮਨ ਲੱਗਦਾ ਕਿ ਜਿਹੜਾ ਫਿਰ ਅੱਗੇ ਵਾਲਾ ਆਉਣ ਨਾਲ ਟਾਈਮ ਤੁਸੀਂ ਉਹ ਵੀ ਖਰਾਬ ਕਰ ਲੈਂਦੇ ਹੋ ਹਨਾ ਗੁਰਦੀਪ ਇੱਕ ਇੰਟਰਵਿਊ 'ਚ ਨਾ ਡਾਕਟਰ ਕਪੂਰ ਨੇ ਕਿਹਾ ਸੀਗਾ ਕਿ ਮਾਂ ਮਤਲਬ ਨਿਆਣੇ ਬਿਨਾ ਨਹੀਂ ਰਹਿ ਸਕਦੀ ਨਿਆਣਾ ਮਾਂ ਬਿਨਾ ਰਹਿ ਸਕਦਾ ਹੁੰਦਾ ਹਨਾ ਅਸਲ 'ਚ ਆਪਣੇ ਦਿਮਾਗ 'ਚ ਨਾ ਇਹੋ ਚੀਜ਼ ਚੱਲਦੀ ਰਹਿੰਦੀ ਆ ਸਾਨੂੰ ਲੱਗਦਾ ਹੁੰਦਾ ਵੀ ਪਹਿਲਾਂ ਤਾਂ ਸਾਨੂੰ ਇਹ ਨਹੀਂ ਲੱਗਦਾ ਵੀ ਬੱਚੇ ਹੋਣਾ ਮਾਂ ਪਿਓ ਦੋਨਾਂ ਲਈ ਜ਼ਰੂਰੀ ਹੁੰਦਾ ਹੈ ਨਾ ਵੀ ਬੱਚੇ ਦੋਨਾਂ ਲਈ ਹੀ ਉਨੇ ਇੰਪੋਰਟੈਂਟ ਹੁੰਦੇ ਨੇ ਜਿਹਨੇ ਮਾਂ ਲਈ ਸਾਨੂੰ ਲੱਗਦਾ ਕਿ ਉਹ ਸਿਰਫ ਮਾਂ ਲਈ ਹੀ ਹੁੰਦੇ ਨੇ ਮਤਲਬ ਜ਼ਿੰਮੇਵਾਰੀ ਆ ਜਿਹੜੀ ਜਾਂ 100% ਨਿਆਣਿਆਂ ਨੂੰ ਡੈਡੀਕੇਟਡ ਹੋਣਾ ਮਾਂ ਲਈ ਹੀ ਹੁੰਦਾ ਤੇ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਆ ਨਾ ਸਾਡੇ ਦਿਮਾਗ 'ਚ ਬੈਠੀ ਹੁੰਦੀ ਉਹ ਐਵੇਂ ਦੀ ਹੁੰਦੀ ਹੈ ਕਿ ਲੋਕ ਸਾਨੂੰ ਕਹਿ ਦਿੰਦੇ ਨੇ ਕਿ ਮਾਂ ਮਤਲਬ ਬੱਚਾ ਮਾਂ ਦੇ ਢਿੱਡ ਚ ਰਹਿੰਦਾ 9 ਮਹੀਨੇ ਹਨ ਤੇ ਮਾਂ ਪਹਿਲੇ ਦਿਨ ਤੋਂ ਉਹਨੂੰ ਮਹਿਸੂਸ ਕਰਦੀ ਹੈ ਜਦੋਂ ਤੱਕ ਉਹਨੂੰ ਜਨਮ ਦਿੰਦੇ ਆ ਉਹਨੂੰ ਮਤਲਬ ਉਸੇ ਟਾਈਮ ਤੱਕ ਵੀ ਉਹਨੂੰ ਆਪਣੇ ਨਿਆਣੇ ਦਾ ਅੰਦਰੋਂ ਹੀ ਐਵੇਂ ਦਾ ਮਹਿਸੂਸ ਹੁੰਦਾ ਕਿ ਉਹਦੀ ਅਟੈਚਮੈਂਟ ਉਹਦੇ ਨਾਲ ਬੱਧ ਹੋਊਗੀ ਹੋਊਗੀ ਹਨਾ ਆਪਾਂ ਕਹਿੰਦੇ ਕਿ ਆਪਾਂ ਆਪਣੇ ਖੂਨ ਨਾਲ ਸਿੰਜਦੇ ਆ ਹਨਾ ਜਦੋਂ ਬੱਚਾ ਹੁੰਦਾ ਨਾ ਚਾਹੇ ਉਹ ਮਤਲਬ ਉਹਨੂੰ ਭੁੱਖ ਨਾ ਲੱਗੀ ਹੋਵੇ ਸਾਨੂੰ 10 ਮਿੰਟ ਬਾਅਦ ਮਹਿਸੂਸ ਹੋਣ ਲੱਗ ਜਾਂਦਾ ਜਿਵੇਂ ਤੁਸੀਂ ਦੇਖੋ ਬਖਤਾਵਰ ਬਹੁਤ ਛੋਟਾ ਹੋਊਗਾ ਹਨਾ ਚਾਹੇ ਉਹਨੂੰ ਇਸ ਟਾਈਮ ਘਰੇ ਭੁੱਖ ਵੀ ਨਾ ਲੱਗੀ ਹੋਵੇ ਪਰ ਥੋੜਾ ਦਵਾਂਗੇ ਇਸ ਪ੍ਰੋਗਰਾਮ ਚ ਬੈਠੇ ਵੀ ਉੱਥੇ ਹੀ ਹੋਊਗਾ ਉੱਥੇ ਹੁੰਦਾ ਤੇ ਇਹ ਚੀਜ਼ ਹੈ ਕਿ ਅਸਲ ਚ ਅਸੀਂ इमोਸ਼ਨਲੀ ਜ਼ਿਆਦਾ ਟੈਸਟ ਹੁੰਦੇ ਆ ਉਹ ਜਿਹੜੀ इमोਸ਼ਨਲੀ ਜ਼ਿਆਦਾ ਅਟੈਚਮੈਂਟ ਆ ਉਹੀ ਹੌਲੀ ਹੌਲੀ ਸਾਨੂੰ ਜ਼ਿੰਮੇਵਾਰੀ ਲਈ ਗिल्ਟ ਪੈਦਾ ਕਰਨ ਲਾ ਦਿੰਦੀ ਆ ਹਨਾ ਮੈਂ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਥੋੜੇ ਜਿਹਾ ਦਿਨ ਪਹਿਲਾਂ ਕਿ ਘਰੇ ਮਿਸਤਰੀ ਲੱਗੇ ਹੋਏ ਸੀਗਾ ਤੇ ਮਹਿਤਾਬ ਨੂੰ ਰੋਟੀ ਨਹੀਂ ਮਿਲੀ 6 ਵਜੇ ਤੱਕ ਹਨਾ ਸਾਰੇ ਘਰੇ ਨਾਰਮਲ ਸੀਗੇ ਮੈਂ ਉਹਨੂੰ ਜਾ ਕੇ ਮਿਲੀ ਚਲੋ ਉਹ ਵੀ ਨਾਰਮਲ ਸੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਮੰਨੋਗੇ ਕਿ ਮੈਂ 2 ਦਿਨ ਅਪਸੈਟ ਰਹੀ ਉਸ ਚੀਜ਼ ਲਈ ਹੈਨਾ ਬੱਚੇ ਨੇ ਚਾਹੇ ਜਵੇਂ ਫੀਲ ਨਹੀਂ ਕੀਤਾ ਉਹਨੂੰ ਮਹਿਸੂਸ ਵੀ ਨਹੀਂ ਹੋਇਆ ਉਹਨੇ ਕੁਝ ਹੋਰ ਖਾ ਵੀ ਲਿਆ ਹੋਣਾ ਸ਼ਾਇਦ ਪਰ ਮੈਨੂੰ ਇਹ ਲੱਗਿਆ ਵੀ ਮੇਰਾ ਮਾਂ ਹੋਣ ਦਾ ਕੀ ਫਾਇਦਾ ਜੇ ਮੇਰਾ ਨਿਆਣਾ ਮਤਲਬ 2 ਵਜੇ ਸਕੂਲ ਤੋਂ ਆਇਆ ਹੋਇਆ ਸੀ ਤੇ 6 ਵਜੇ ਤੱਕ ਐਵੇਂ ਬੈਠਾ ਰਿਹਾ ਤੁਹਾਨੂੰ ਫੇਲਿਅਰ ਲੱਗਦਾ ਨਾ ਅੱਜ ਸਵੇਰ ਦੀ ਉਹ ਗੱਲ ਅਨੰਤ ਨੇ ਸਕੂਲ ਜਾਣਾ ਸੀ ਅੱਜ ਉਹਨੇ ਵਾਈਟ ਸ਼ੂ ਪਾਉਣੇ ਸੀਗੇ ਤਾਂ ਉਹਦਾ ਇੱਕ ਵਾਈਟ ਸ਼ੂ ਨਹੀਂ ਸੀ ਲੱਭ ਰਿਆ ਹੈਨਾ ਕਾਲੀ ਕੜੀ ਬਿਨੋ ਆਏ ਹੋਵੇ ਵੀ ਅਸੀਂ ਯਾਰ ਫੇਲ ਮਾਂ-ਬਾਪ ਹੂੰ ਇਹ ਨਿਆਣੀ ਦੀ ਕਿ ਚੀਜ਼ ਨਹੀਂ ਸਾਨੂੰ ਲੱਭ ਰਹੀ ਹਾਲਾਂਕਿ ਉੱਥੇ ਹੀ ਪਈ ਹੁੰਦੀ ਹੈ ਗਈ ਕਿਤੇ ਨਾ ਪਈ ਸੀ ਕਿ ਕਿਸੇ ਨੇ ਦਰਵਾਜ਼ਾ ਖੋਲ ਕੇ ਨਹੀਂ ਦੇਖਿਆ ਇੱਕ 이슈 ਦੇ ਪਿੱਛੇ ਪਿਆ ਸੀ ਜਿਵੇਂ ਉਹ ਯਾਦ ਤੱਕ ਕਈ ਵਾਰੀ ਚੱਕ ਚੁੱਕੇ ਚੀਜ਼ਾਂ ਸੈੱਟ ਦਿੰਦੀਆਂ ਹਨ ਹੂੰ ਹੂੰ ਕੋਈ ਚੀਜ਼ ਨਿਆਣੇ ਦੇ ਲਈ ਸਕਿਪ ਹੋ ਜਾਣਾ ਸਾਨੂੰ ਇਹ ਮਹਿਸੂਸ ਕਰਨ ਲਾ ਦਿੰਦਾ ਹੈ ਕਿ ਅਸੀਂ ਫੇਲ ਮਾਂ-ਬਾਪ ਹਾਂ ਅਸੀਂ ਚੰਗੇ ਮਾਂ-ਬਾਪ ਨਹੀਂ ਹੈਗੇ ਹਨਾ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਸੋਸਾਇਟੀ ਵੀ ਸਾਡੇ ਲਈ ਬਣਾ ਦਿੰਦੀ ਹੈ ਬ੍ਰੈਸਟ ਫੀਡਿੰਗ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਇਹ ਲੱਗਦਾ ਕਿ ਜੇ ਕੋਈ ਔਰਤ ਬ੍ਰੈਸਟ ਫੀਡਿੰਗ ਨਹੀਂ ਕਰਦੀ ਹੈਗੀ ਮਾਂ ਬੱਚੇ ਲਈ ਬ੍ਰੈਸਟ ਫੀਡਿੰਗ ਨਹੀਂ ਕਰਦੀ ਤਾਂ ਉਹ ਬੁਰੀ ਮਾਂ ਵਾ ਹੈ ਨਾ ਆਪਾਂ ਸਿਰਫ ਇਹ ਚੀਜ਼ ਕਹਿੰਦੇ ਕਿ ਬ੍ਰੈਸਟ ਫੀਡਿੰਗ ਹੋਣੀ ਚਾਹੀਦੀ ਆ ਪਰ BBC ਦੀ ਰੀਸੈਂਟਲੀ ਇੱਕ ਰਿਪੋਰਟ ਉਹਨਾਂ ਨੇ ਪਾਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬ੍ਰੈਸਟ ਫੀਡਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਉਹਦੇ ਲਈ ਮਦਰ ਨੂੰ ਕਿਹੋ ਜਿਹਾ ਮਾਹੌਲ ਚਾਹੀਦਾ ਇੱਕ ਤੇ ਕਹਿੰਦੇ ਉਹਨੂੰ ਬਿਲਕੁਲ ਸਟ्रेस ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਅੱਜਕੱਲ ਦੇਖੋ ਕਹਿੰਦੇ ਕਿ ਭਾਰਤ ਦੇ ਵਿੱਚ ਫਾਰਮੂਲਾ ਜਿਹੜਾ ਦੁੱਧ ਦਾ ਉਹਦੀ ਵਿਕਰੀ ਤੇ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਹਨਾ ਉਹ ਕਿਉਂ ਹੋਇਆ ਉਹਨਾਂ ਨੇ ਕਾਰਨ ਲੱਭੇ ਨੇਗੇ ਇੱਕ ਰਿਸਰਚ ਹੋਈ ਆ ਕਿਉਂਕਿ ਕਹਿੰਦੇ ਬ੍ਰੈਸਟ ਫੀਡਿੰਗ ਨਹੀਂ ਹੋ ਰਹੀ ਬ੍ਰੈਸਟ ਫੀਡਿੰਗ ਕਿਉਂ ਨਹੀਂ ਹੋ ਰਹੀ ਹੈਗੀ ਕਿਉਂਕਿ ਕਹਿੰਦੇ ਔਰਤਾਂ ਤਣਾ ਦੇ ਵਿੱਚ ਨੇ ਹਾਂ ਹਨਾ ਤੇ ਦੂਸਰਾ ਸਭ ਤੋਂ ਵੱਡਾ ਰੀਜ਼ਨ ਸੀਗਾ ਕਿ ਮਦਰ ਦੀ ਨੀਂਦ ਪੂਰੀ ਨਾ ਹੋਣਾ ਵੀ ਉਹਨੂੰ ਮਤਲਬ ਘੱਟ ਫੀਡ ਆਉਣ ਦਾ ਰੀਜ਼ਨ ਹੁੰਦੀ ਆ ਹਨਾ ਇਹ ਦੋ ਚੀਜ਼ਾਂ ਤੇ ਆਪਾਂ ਕਹਿੰਦੇ ਬ੍ਰੈਸਟ ਫੀਡ ਕਰੋ ਬ੍ਰੈਸਟ ਫੀਡ ਕਰੋ ਪਰ ਇਹਨਾਂ ਦੋ ਚੀਜ਼ਾਂ ਤੇ ਕੋਈ ਧਿਆਨ ਹੀ ਨਹੀਂ ਦਿੰਦਾ ਕਿ ਤੇ ਮਦਰ ਨੂੰ ਕੋਈ ਸਟ्रेस ਤਾਂ ਨਹੀਂ ਅਸੀਂ ਦੇ ਰਹੇ ਹੈਗੇ ਜਾਂ ਉਹਨੂੰ ਕੋਈ ਸਟ्रेस ਤਾਂ ਨਹੀਂ ਜਾਂ ਉਹ ਡਿਪਰੈਸ਼ਨ 'ਚ ਤਾਂ ਨਹੀਂ ਹੈਗੀ ਇਸ ਟਾਈਮ ਜਾਂ ਫਿਰ ਜਿਵੇਂ ਹੁਣ ਬਖਤਾਵਰ ਚਾਹੇ 2 ਸਵਾ 2 ਮਹੀਨੇ ਦਾ ਹੋ ਗਿਆ ਹਨਾ ਹਲੇ ਤੱਕ ਵੀ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਔਰ ਰਾਤ ਨੂੰ 3:3 ਤੇ 3:3 ਘੰਟੇ ਬਾਅਦ ਉੱਠਦਾ ਆ ਹਨਾ ਤੇ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਨੀਂਦ ਆਈ ਹੁੰਦੀ ਤਾਂ ਤੁਹਾਨੂੰ ਇੱਕਦਮ ਉੱਠਣਾ ਪੈਂਦਾ ਨਾ ਕਈ ਵਾਰ ਤੁਹਾਡੇ ਪਾਗਲ ਹੋਣ ਵਾਲੀ ਸਿਚੁਏਸ਼ਨ ਹੋ ਜਾਂਦੀਆਂ ਹਨਾ ਉਹ ਕਹਿੰਦੇ ਕਿ ਮਦਰ ਦੀ ਨੀਂਦ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਬ੍ਰੈਸਟ ਫੀਡ ਕਰੇ ਉਹਨੂੰ ਚੰਗੀ ਫੀਡ ਆਵੇ ਤਾਂ ਉਹਦਾ ਨੀਂਦ ਦਾ ਪੂਰਾ ਹੋਣਾ ਵੀ ਬਹੁਤ ਲਾਜ਼ਮੀ ਹੁੰਦਾ ਆ ਹਨਾ ਆਪਾਂ ਇੱਕੋ ਹੀ ਚੀਜ਼ ਤੇ ਗੱਲ ਕਰੀ ਜਾਂਦੇ ਆ ਤੇ ਇਹ ਗੱਲ ਆਪਾਂ ਇੰਨੀ ਜ਼ਿਆਦਾ ਕਰਦੇ ਆ ਤੇ ਜਿਹੜੀ ਮਾਂ ਬ੍ਰੈਸਟ ਫੀਡ ਨਹੀਂ ਕਰਦੀ ਉਹਨੂੰ ਇਹ ਲੱਗਦਾ ਕਿ ਮੈਂ ਤਾਂ ਬੁਰੀ ਮਾਂ ਆ ਹਮ ਸੋਸਾਇਟੀ ਵੀ ਉਹਨੂੰ ਹੀ ਸੋਚਦੇ ਆ ਨਾ ਆਪਾਂ ਕਹਿੰਦੇ ਆ ਕਿ ਕੁੜੀਆਂ ਫਿਗਰ ਖਰਾਬ ਕਰਨ ਦੀਆਂ ਮਾਰੀਆਂ ਬ੍ਰੈਸਟ ਫੀਡ ਨਹੀਂ ਕਰਦੀ ਨਹੀਂ ਇੱਕ ਰੀਜ਼ਨ ਨਹੀਂ ਹੈਗਾ ਤੁਸੀਂ ਹਸਪੀਟਲਸ ਤੇ ਜਾ ਕੇ ਦੇਖੋ ਫੀਡਿੰਗ ਨਹੀਂ ਆ ਰਹੀ ਹੈਗੀ ਬਿਲਕੁਲ ਹੈਨਾ ਉਹਦੇ ਕਿੰਨੇ ਸਾਰੇ ਰੀਜ਼ਨ ਨੇ ਲਾਈਫ ਸਟਾਈਲ ਉਹਦਾ ਰੀਜ਼ਨ ਆ ਸਾਡਾ ਖਾਣਾ ਪੀਣਾ ਉਹਦਾ ਰੀਜ਼ਨ ਆ ਹਨ ਜ ਜਿਹੋ ਜਿਹੇ ਮਹੌਲੇ ਚ ਅਸੀਂ ਰਹਿ ਰਹੇ ਆ ਇਸ ਵੇਲੇ ਉਹ ਦਾ ਬਹੁਤ ਵੱਡਾ ਰੀਜ਼ਨ ਆ ਉਸ ਤੋਂ ਬਾਅਦ ਵੀ ਕਈ ਕੁੜੀਆਂ ਨੂੰ 2 ਮਹੀਨੇ ਬਾਅਦ ਫੀਡੋਣੀ ਬੰਦ ਹੋ ਜਾਂਦੀ ਹੈ ਨਾ ਆਪਾਂ ਦੇਖਦੇ ਨਹੀਂ ਵੀ ਯਾਰ 2 ਮਹੀਨੇ ਹੋ ਗਏ ਪ੍ਰੋਪਰ ਸੌ ਨਹੀਂ ਰਹੀ ਹੈਗੀ ਹੂੰ 2 ਮਹੀਨੇ ਹੋ ਗਏ ਹਰ ਇੱਕ ਚੀਜ਼ ਜੋ ਤੁਹਾਨੂੰ ਨਿਆਣਾ ਨਿੱਕਾ ਹੁੰਦਾ ਵਾ ਜਾਂ ਤੁਹਾਡੇ ਦੋ ਬੱਚੇ ਹੋ ਜਾਂਦੇ ਨੇ ਤਾਂ ਤੁਸੀਂ ਪਹਿਲੇ ਲਈ ਵੀ ਕਰਨਾ ਉਹਦੇ ਲਈ ਵੀ ਕਰਨਾ ਤੁਸੀਂ ਸਾਰੇ ਦੇ ਨਿੱਕੇ ਨਿੱਕੇ ਚੀਜ਼ੇ ਸਾਮਦੇ ਫਰੀਜਾਂ ਨੇ ਈਵਨ ਤੁਹਾਨੂੰ ਆਪਣੇ ਨੌਂ ਕੱਟਣ ਦਾ ਵੀ ਟਾਈਮ ਨਹੀਂ ਹੁੰਦਾ ਹੈਗਾ ਹਨਾ ਤੇ ਦੂਸਰੀ ਵਾਰ ਤੁਹਾਡੀ ਬਾਡੀ ਕਿੰਨੀ ਵੀਕ ਹੋ ਜਾਂਦੀ ਹੈ ਹਨਾ ਤਾਂ ਆਪਾਂ ਉਹ ਚੀਜ਼ਾਂ ਨਹੀਂ ਦੇਖਦੇ ਹੈਗੇ ਕਿ ਉਹ ਰਿਲੈਕਸ ਹੈਗੀ ਹੈ ਕਿ ਨਹੀਂ ਹੈਗੀ ਆਪਾਂ ਕਹਿੰਦੇ ਕਿ ਨਹੀਂ ਨਹੀਂ ਇੰਨਾ ਟਾਈਮ ਤਾਂ ਦੁੱਧ ਪਿਉਣਾ ਹੀ ਪਿਉਣਾ ਤੇ ਹੈਣਾ ਉੱਥੇ ਵੀ ਫਿਰ ਕੁੜੀਆਂ ਨੂੰ ਸਟ्रेस ਹੁੰਦਾ ਆ ਬਿਲਕੁਲ ਮੈਨੂੰ ਲੱਗਦਾ ਕਿ ਕਰਦੀਪਾ ਆਪਾਂ ਨਾ ਜਿਆਦਾ ਆਪਣੇ ਸਿਰ ਤੇ ਆਪਾ ਚਾਹੁੰਦੇ ਆ ਵੀ ਦੁਨੀਆ ਸਾਡੇ ਸਿਰ ਤੇ ਖੜੀ ਆ ਹੈਨਾ ਐਵੇਂ ਸਾਨੂੰ ਲੱਗਦਾ ਕਿ ਸਾਡਾ ਨਿਆਣਾ ਵੀ ਸਾਡੇ ਸਿਰ ਤੇ ਆ ਉਹਨੂੰ ਮਤਲਬ ਸਾਨੂੰ ਲੱਗਦਾ ਕਿ ਪਿਓ ਨਾਲੋਂ ਵੀ ਜ਼ਿਆਦਾ ਨਿਆਣੇ ਨੂੰ ਮਾਣ ਦੀ ਜ਼ਰੂਰਤ ਆ ਹਨ ਜਦੋਂ ਤੁਸੀਂ ਪਿੱਛੇ ਜਾ ਇੰਗਲੈਂਡ ਗਏ ਸੀਗੇ ਜਦੋਂ ਤੁਸੀਂ ਜਾਣਾ ਸੀ ਆਪਾਂ ਮਤਲਬ ਕਿੰਨੀਆਂ ਗੱਲਾਂ ਕਰਦੇ ਸੀ ਉਸ ਚੀਜ਼ ਤੇ ਹਨ ਤੁਹਾਨੂੰ ਇਹ ਲੱਗਦਾ ਸੀ ਵੀ ਹਾਈ ਅਨੰਤ ਨੂੰ ਮਤਲਬ ਡੇਢ ਮਹੀਨਾ ਕੀ ਮਹਿਸੂਸ ਹੋਊਗਾ ਤੇ ਜੇ ਇਹੋ ਚੀਜ਼ ਪਿਓ ਘਰੋਂ ਬਾਹਰ ਜਾ ਰਿਹਾ ਹੋਵੇ ਆਪਾਂ ਕਦੀ ਸੋਚਦੇ ਆ ਵੀ ਨਿਆਣੇ ਨੂੰ ਪਿਓ ਦੀ ਵੀ ਇੰਨੀ ਜ਼ਰੂਰਤ ਹੋਊਗੀ ਹੋ ਸਕਦਾ ਉਹ ਮਾਂ ਨਾਲੋਂ ਵੀ ਜ਼ਿਆਦਾ ਪਿਓ ਲਈ ਸੋਚ ਰਵੇ ਪਰ ਅਸੀਂ ਇੰਨਾ ਜ਼ਿਆਦਾ ਉਸ ਚੀਜ਼ 'ਚ ਖੁੱਬ ਜਾਂਦੇ ਕਿ ਸਾਨੂੰ ਲੱਗਦਾ ਕਿ ਨਹੀਂ ਮੇਰਾ ਹੋਣਾ ਜ਼ਰੂਰੀ ਆ ਤੇ ਜੇ ਮੈਂ ਨਹੀਂ ਹੋਊਂਗੀ ਤਾਂ ਸ਼ਾਇਦ ਮੇਰਾ ਨਿਆਣਾ ਪੂਰੀ ਜ਼ਿੰਦਗੀ ਇਹ ਚੀਜ਼ ਭੁੱਲੂਗਾ ਨਹੀਂ ਤੇ ਉਹ ਮੈਨੂੰ ਕਦੀ ਮਾਫ਼ ਨਹੀਂ ਕਰ ਸਕੂ ਹੈਨਾ ਕਿੰਨੀਆਂ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਨਹੀਂ ਇਹ ਮੈਂ ਹੀ ਕਰਨੀਆਂ ਨੇ ਸਵੇਰੇ ਨਿਆਣਾ ਸਕੂਲ ਜਾਂਦਾ ਨਿਆਣੇ ਦਾ ਟਿਫਨ ਪੈਕ ਕਰਨ ਤੋਂ ਲੈ ਕੇ ਸ਼ਾਮ ਤੱਕ ਉਹਦੀ ਯੂਨੀਫਾਰਮ ਪ੍ਰੈਸ ਕਰਨ ਤੱਕ ਆਪਾਂ ਕਿਦੀ ਸੋਚਦੇ ਹਾਂ ਕਿ ਇੱਥੇ ਮੇਰਾ ਹੀ ਹੋਣਾ ਲਾਜ਼ਮੀ ਕਿਉਂ ਅਸੀਂ ਆਪ ਉਹ ਚੀਜ਼ਾਂ ਕਰ ਰਹੇ ਹਾਂ ਹੈਨਾ ਕਿੰਨੀ ਵਾਰੀ ਮੈਂ ਨਾ ਇਹ ਚੀਜ਼ਾਂ ਦੇਖੀਆਂ ਨੇ ਕਿ ਜਦੋਂ ਤੁਹਾਡੇ ਪਹਿਲਾ ਬੱਚਾ ਹੁੰਦਾ ਹੈਨਾ ਉਦੋਂ ਤੁਸੀਂ ਬਹੁਤ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੁੰਦੇ ਹੋ ਕਿ ਨਹੀਂ ਨਿਆਣਾ ਮਤਲਬ ਬਹੁਤ ਨਹਾਇਆ ਹੋਣਾ ਚਾਹੀਦਾ ਕੋਈ ਬਾਹਰੋਂ ਗੈਸਟ ਨਹਾਇਆ ਹੈ ਨਾ ਹਾਂ ਹਾਂ ਤੇ ਉਹ ਕਹੂਗਾ ਅੱਛਾ ਤੁਹਾਡਾ ਨਿਆਣਾ ਨਹਾਇਆ ਨਹੀਂ ਮਤਲਬ ਉਹਨੇ ਸਿੱਧਾ ਮਾਂ ਨੂੰ ਕਹਿਣਾ ਕਿ ਮਾਂ ਬੱਚੇ ਨੂੰ ਸਾਫ਼ ਨਹੀਂ ਰੱਖਦੀ ਹੈ ਨਾ ਕਿਉਂਕਿ ਸਾਡੀ ਸੁਸਾਇਟੀ ਦੀ ਸੋਚ ਹੀ ਇਸ ਚੀਜ਼ ਤੇ ਆ ਕਿ ਬੱਚਾ ਹੋ ਗਿਆ ਬਸ ਉਹ ਮਾਂ ਦਾ ਹੀ ਆ ਸਾਰਾ ਹੈ ਨਾ ਜਦੋਂ ਤੋ ਮਤਲਬ ਇਹ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਕੁੜੀ ਪਹਿਲੀ ਵਾਰ ਵੀ ਮਾਂ ਬਣਦੀ ਹੈ ਉਹਨੂੰ ਉਸ ਕੁੜੀ ਨੂੰ ਜ਼ਰੂਰ ਮਿਲਣਾ ਚਾਹੀਦਾ ਜਿਹਦੇ ਦੋ ਜਾਂ ਤਿੰਨ ਬੱਚੇ ਨੇ ਹੈਨਾ ਸ਼ਾਇਦ ਕੋਈ ਬੰਦਾ ਗਾਈਡ ਕਰਕੇ ਥੋੜਾ ਜਿਹਾ ਰਿਲੈਕਸ ਕਰੇ ਜਦੋਂ ਇਹੋ ਚੀਜ਼ ਤੁਹਾਡੇ ਦੂਜਾ ਬੱਚਾ ਹੁੰਦਾ ਤੁਸੀਂ ਕਦੀ ਦੇਖਿਆ ਕਿ ਤੁਸੀਂ ਪਹਿਲੇ ਉਸੇ ਨਿਆਣੇ ਨੂੰ ਜਿਹਨੂੰ ਆਪਣੀ ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਹੀ ਬੱਚਾ ਸਮਝ ਰਹੇ ਸੀ ਦੂਜੀ ਡਿਲੀਵਰੀ ਹੋਣ ਤੋਂ ਬਾਅਦ ਉਹਨੂੰ ਤੁਸੀਂ ਮੈਚ્યોਰ ਬੱਚੇ ਤਰ੍ਹਾਂ ਟ੍ਰੀਟ ਕਰਨ ਲੱਗ ਜਾਨੇ ਹਨਾ ਇਹ ਵੀ ਮੈਂ ਤਾਂ ਚਾਹੁੰਦੀ ਸੀ ਕਿ ਆਪਾਂ ਲੱਗ ਐਪੀਸੋਡ ਕਰੀਏ ਪਰ ਇਹ ਵੀ ਗੱਲ ਸਹੀ ਹੈ ਕਿ ਅਸੀਂ ਉਸ ਬੱਚੇ ਤੋਂ ਐ ਐਕਸਪੈਕਟ ਕਰਨ ਲੱਗ ਜਾਨੇ ਵੀ ਇਹ ਰਾਤੋਂ ਰਾਤ ਸਮਝ ਜਿਵੇ ਹੁਣ ਸਾਰਾ ਕੁਝ ਇਹ ਰਾਤੋਂ ਰਾਤ ਹੀ ਬਦਲ ਜਿਵੇ ਸਾਰਾ ਕੁਝ ਨਾ ਜਿਵੇਂ ਹੁਣ ਬਖਤਾਵਰ ਟਾਈਮ ਜਦੋਂ ਅਸੀਂ ਹਸਪੀਟਲ ਤੋਂ ਡਿਸਚਾਰਜ ਹੋ ਕੇ ਘਰੇ ਆਏ ਤਾਂ ਸਾਰੇ ਐਕਸਪੈਕਟ ਕਰ ਰਹੇ ਸੀਗੇ ਵੀ ਅਨੰਤ ਅਲੱਗ ਸੌਵੇ ਹਨਾ ਮੈਂ ਕਿਹਾ ਸਾਡੇ 4 ਸਾਲ ਤੋਂ ਮੇਰੇ ਨਾਲ ਹੀ ਸੌਰੀ ਆ ਉਹ ਬਿਲਕੁਲ ਸਾਡੇ 4 ਸਾਲ ਦੀ ਜਿਹੜੀ ਇੱਕ ਆਦਤ ਬਣੀ ਹੋਈ ਆ ਨਾਲੇ ਹਲੇ ਬੱਚਾ ਆ ਉਹ ਇੱਕਦਮ ਕਿਵੇਂ ਛੁੱਟੂਗੀ ਉਹ ਛੁੱਟ ਹੀ ਨਹੀਂ ਸਕਦੀ ਤੇ ਨਾ ਮੈਂ ਚਾਹਨੀ ਹਾਂ ਉਹ ਛੱਡੇ ਹਨਾ ਉਹ ਕਿਉਂ ਕੰਪਰੋਮਾਈਜ਼ ਕਰੂਗੀ ਦੂਜੇ ਬੱਚੇ ਦੇ ਨਾਲ ਹਾਂ ਮੈਂ ਮਤਲਬ ਜਿਵੇਂ ਮੈਂ ਇਹ ਚੀਜ਼ ਐਕਸਪੀਰੀਅੰਸ ਕੀਤੀ ਮਹਿਤਾਬ ਵਾਰੀ ਹੈਨਾ ਹੁਣ ਤੁਸੀਂ ਜਿਹੜੇ ਬੱਚੇ ਨੂੰ ਮੈਂ ਤੁਹਾਨੂੰ ਦੱਸ ਰਹੀਆਂ ਕਿ ਆਪਣੀ ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਰਾਤ ਨੂੰ ਆਪ ਰੋਟੀ ਖਵਾਈ ਹੋਊਗੀ ਆਪ ਦੁੱਧ ਪਿਆਇਆ ਹੋਊਗਾ ਆਪ ਉਹਨੂੰ ਸੁਵਾਇਆ ਜਦੋਂ ਤੁਸੀਂ ਦੂਜਾ ਬੱਚਾ ਤੁਹਾਡੇ ਘਰ ਚ ਆ ਜਾਂਦਾ ਤੁਸੀਂ ਉਸੇ ਨਿਆਣੇ ਤੋਂ ਦੂਜੇ ਬੱਚੇ ਦੇ ਡਾਈਪਰ ਮੰਗ ਰਹੇ ਹੋ ਨੇ ਉਹਦੀਆਂ ਦਵਾਈਆਂ ਤੱਕ ਕਹਿ ਰਹੇ ਹੋ ਨੇ ਵੀ ਮੈਨੂੰ ਫੜਾ ਨਾ ਇਹਦਾ ਮਤਲਬ ਕੀ ਆ ਕਿ ਹੌਲੀ ਹੌਲੀ ਅਸੀਂ ਜਦੋਂ ਦੂਜਾ ਨਿਆਣਾ ਆਉਂਦਾ ਸੀ ਫੇਰ ਪਹਿਲੇ ਲਈ ਇਗਨੋਰੈਂਸ ਚ ਆ ਜਾਂਦੇ ਆ ਫੇਰ ਅਸੀਂ ਢਾਲਦੇ ਆ ਜੇ ਉਹੀ ਤੁਹਾਡੇ ਇੱਕ ਸਿੰਗਲ ਬੱਚਾ ਤੁਸੀਂ ਉਹਨੂੰ 10-12 ਸਾਲ ਤੱਕ ਵੀ ਬੱਚਾ ਹੀ ਸਮਝੀ ਜਾਂਦੇ ਆ ਹਾਂ ਮੈਨੂੰ ਲੱਗਦਾ ਕਿ ਦੋ ਜਾਂ ਤਿੰਨ ਮਾਮਾ ਵਾਲੇ ਜਿਹੜੇ ਮਾ ਮਾਮਾ ਨੇ ਜਿਹੜੀਆਂ ਨਿਆਣੇ ਵਾਲੀਆਂ ਉਹਨਾਂ ਨੂੰ ਸੱਚੀ ਮਿਲਣਾ ਚਾਹੀਦਾ ਐਵੇਂ ਦੇ ਬੰਦੇ ਨੂੰ ਜਿਹਦੇ ਇਕੱਲਾ ਇੱਕੋ ਹੀ ਬੱਚਾ ਤੇ ਸਾਰਾ ਕੁਝ ਤੁਸੀਂ ਵੀ ਕਰਨ ਲਈ ਬੰਨੇ ਨਹੀਂ ਹੁੰਦੇ ਨਿਆਣੇ ਸੱਚੀ ਨਿਆਣਿਆਂ ਦੀ ਇੰਨੀ ਮੈਮਰੀ ਨਹੀਂ ਹੁੰਦੀ ਕਿ ਉਹ 4-5 ਸਾਲ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਸਾਰੀ ਉਮਰ ਦਿਮਾਗ 'ਚ ਲੈ ਕੇ ਬੈਠੇ ਰਹਿਣਗੇ ਨਾ ਸਾਨੂੰ ਹੀ ਆ ਕਿ ਮੈਂ ਉਸ ਵਕਤ ਜਦੋਂ ਮੇਰੇ ਨਿਆਣੇ ਹੋਗੇ ਮੈਂ ਆਪਣੀ ਜ਼ਿੰਦਗੀ ਨੂੰ ਟੋਟਲੀ ਭੁੱਲ ਜਾ ਨਾ ਮੇਰੀ ਜ਼ਿੰਦਗੀ 'ਚ ਐਂਟਰਟੇਨਮੈਂਟ ਲਈ ਕੋਈ ਥਾਂ ਹੈ ਨਾ ਮੇਰੀ ਜ਼ਿੰਦਗੀ 'ਚ ਬਾਹਰ ਕਿਸੇ ਨੂੰ ਜਾ ਕੇ ਮਿਲਣ ਲਈ ਕੋਈ ਥਾਂ ਬਚੀ ਨਾ ਮੇਰੇ ਕੋਲ ਆਪਣੀ ਪਸੰਦ ਦਾ ਖਾਣਾ ਬਣਾਉਣ ਲਈ ਕੋਈ ਸਮਾਂ ਬਚੂਗਾ ਨਾ ਮੇਰਾ ਕਿਤੇ ਇਹੋ ਜਿਹਾ ਕੁਝ ਆਪਣੇ ਲਈ ਕਰਨ ਨੂੰ ਜੀ ਕਰੂਗਾ ਕਿ ਜੀਚ ਮੈਨੂੰ ਲੱਗੂ ਹਾਏ ਕਿਤੇ ਮੈਂ ਨਿਆਣੇ ਨੂੰ ਮਿੰਨਾ ਨਾ ਦੂਰ ਕਰਨਾ ਪੈ ਜਵੇ ਹੈ ਨਾ ਇਹੀ ਗੱਲ ਨਾ ਥੋੜੇ ਦਿਨ ਪਹਿਲਾਂ ਮੈਂ ਆਪਣੀ ਕਜ਼ਨ ਨਾਲ ਗੱਲ ਰਹੀ ਸੀਗੀ ਹੈ ਨਾ ਮੈਂ ਕਿਹਾ ਵੀ ਮੇਰੇ ਲਈ ਤਾਂ ਇੰਨਾ ਕੁ ਵੀ ਬਹੁਤ ਹੁੰਦਾ ਵੀ ਮੈਂ ਇਕੱਲੀ ਕਿਤੇ ਜਾ ਕੇ ਨਾ ਕਾਫੀ ਦਾ ਕੱਪ ਵੀ ਕੀ ਮੁੜਿਆ ਮਾਂ ਹੈ ਨਾ ਵੀ ਮੇਰੇ ਲਈ ਉਹ ਰੂਟੀਨ ਬ੍ਰੇਕ ਹੋ ਜਾਂਦੀ ਆ ਹੈ ਨਾ ਉਹ ਭੈਣ ਕਹਿੰਦੇ ਕਹਿੰਦੇ ਐਵੇਂ ਵੀ ਨਹੀਂ ਵਧੀਆ ਲੱਗਦਾ ਉਹਨਾਂ ਵੀ ਆਪ ਐਨਜੋਏ ਕਰਦੇ ਫਿਰ ਇਹ ਨਿਆਣੇ ਘਰੇ ਬੈਠੇ ਮੈਂ ਕਿਹਾ ਇਹੀ ਤਾਂ ਗਿਲਟ ਆ ਆਪਣੀ ਇਹੀ ਤਾਂ ਤੋੜਨੀ ਆ ਹੈ ਨਾ ਆਪੋਂ ਬਿਨਾਂ ਗੱਲੋਂ ਹੀ ਗਿਲਟ ਫੀਲ ਕਰੀ ਜਾਂਦੇ ਆ ਤੇ ਇਸੇ ਕਰਕੇ ਸਾਨੂੰ ਮਾਂ ਬਣਨਾ ਬਹੁਤ ਜ਼ਿਆਦਾ ਔਖਾ ਲੱਗਣ ਲੱਗਿਆ ਅੱਜ ਦੀਆਂ ਕੁੜੀਆਂ ਨੂੰ ਇਹ ਲੱਗਦਾ ਕਿ ਮਾਂ ਬਣਨ ਤੋਂ ਬਾਅਦ ਜ਼ਿੰਦਗੀ ਪੂਰੀ ਉਹ ਬਦਲ ਜਾਂਦੀ ਹੈ ਪਰ ਜਦੋਂ ਮੈਂ ਨੀਰੂ ਬਾਜਵਾ ਹੋਰਨ ਨੂੰ ਤਿੰਨ ਬੱਚਿਆਂ ਤੋਂ ਬਾਅਦ ਵੀ ਕੰਮ ਕਰਦਿਆਂ ਦੇਖਦੀ ਹਾਂ ਨਾ ਮੇਰੇ ਦਿਮਾਗ 'ਚ ਇਹ ਨਹੀਂ ਆਉਂਦਾ ਵੀ ਇਹ ਨਿਆਣੇ ਕੌਣ ਸੰਭਾਲਦਾ ਹੋਗਾ ਮੈਨੂੰ ਹੀ ਲੱਗਦਾ ਵੀ ਯਾਰ ਇਹ ਮੇਰੇ ਲਈ ਇੱਕ ਐਗਜ਼ਾਮਪਲ ਆ ਕਿ ਮੈਨੂੰ ਇਹਨਾਂ ਨੂੰ ਦੇਖ ਕੇ ਇਹ ਲੱਗਦਾ ਆ ਵੀ ਯਾਰ ਮਦਰ ਬਣਨਾ ਕੋਈ ਮਾੜੀ ਗੱਲ ਨਹੀਂ ਆ ਜਿਹੜੀ ਕਿ ਅੱਜ ਕੱਲ ਕੁੜੀਆਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਨਹੀਂ ਮੈਂ ਜੇ ਮਦਰ ਬਣ ਗਈ ਮੇਰਾ ਵਿਆਹ ਹੋ ਗਿਆ ਮੇਰੀ ਲਾਈਫ ਦੀ ਫ੍ਰੀडम ਖਤਮ ਹੋ ਜੂ ਮੈਂ ਜੋ ਜ਼ਿੰਦਗੀ ਚ ਕਰਨਾ ਚਾਹੁੰਦੀ ਆ ਉਹ ਬਿਲਕੁਲ ਹੀ ਖਤਮ ਹੋ ਜੂ ਤੇ ਮੈਂ ਕਰ ਨਹੀਂ ਸਕਦੀ ਹੈਗੀ ਹੈ ਨਾ ਉਹ ਜਦੋਂ ਨੀਰੂ ਬਾਜੂ ਉਹਨਾਂ ਨੂੰ ਮੈਂ ਕੰਮ ਕਰਦੇ ਦੇਖਦੀ ਆ ਜਾਂ ਆਲੀਆ ਪੱਟ ਉਹਨਾਂ ਦੀ ਰੀਸੈਂਟ ਇੰਟਰਵਿਊ ਸੀਗੀ ਤਾਂ ਮੈਂ ਉਹਨਾਂ ਨੂੰ ਕੰਮ ਕਰਦੇ ਦੇਖਦੀ ਮੈਨੂੰ ਲੱਗਦਾ ਕਿ ਜ਼ਿੰਦਗੀ ਮਤਲਬ ਰੁਕ ਨਹੀਂ ਜਾਂਦੀ ਬੱਚੇ ਹੋਣ ਤੋਂ ਬਾਅਦ ਤੁਸੀਂ ਮਦਰ ਬਣ ਗਏ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਤਿਆਰ ਹੋ ਕੇ ਕਿਤੇ ਬਾਹਰ ਨਹੀਂ ਜਾ ਸਕਦੇ ਤੁਸੀਂ ਕਿਤੇ ਖਾਣ ਪੀਣ ਨਹੀਂ ਜਾ ਸਕਦੇ ਤੁਸੀਂ ਆਪਣੇ ਦੋਸਤਾਂ ਨੂੰ ਨਹੀਂ ਮਿਲ ਸਕਦੇ ਹੈਗੇ ਜਾਂ ਤੁਸੀਂ ਕੋਈ ਆਪਣਾ ਜੌਬ ਜਾਂ ਆਪਣਾ ਕੈਰੀਅਰ ਨਹੀਂ ਤੁਸੀਂ ਬਣਾ ਸਕਦੇ ਜਾਂ ਤੁਸੀਂ ਆਪਣਾ ਕੋਈ ਸੁਪਨਾ ਨਹੀਂ ਪੂਰਾ ਕਰ ਸਕਦੇ ਹਾਂ ਜਦੋਂ ਤੁਸੀਂ ਮਾਪੇ ਪੁੰਨੇ ਤੁਹਾਡੇ ਬੱਚੇ ਛੋਟੇ ਹੁੰਦੇ ਨੇ ਉਦੋਂ ਕੁਝ ਚੀਜ਼ਾਂ ਕੁਝ ਸਾਲਾਂ ਦੇ ਲਈ ਜਿਵੇਂ ਪ੍ਰੀਤ ਮੈਮ ਨੇ ਉਹ ਦਿਨ ਕਹਿ ਰਹੀ ਸੀ ਕਹਿੰਦੇ 4 ਸਾਲਾਂ ਨੂੰ ਤੁਸੀਂ ਬਿਲਕੁਲ ਫ੍ਰੀ ਹੋ ਜਾਣਾ ਹੈ ਹਨਾ ਉਨੇ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੀਆਂ ਚੀਜ਼ਾਂ ਨਿਆਂਇਆਂ ਨੂੰ ਤੁਹਾਨੂੰ ਹੁਣ ਆਪਣੇ ਹੱਥ ਨਾਲ ਕਰਕੇ ਦੇਣੀਆਂ ਪੈਂਦੀਆਂ ਨੇ ਵੀ 4 ਸਾਲਾਂ ਤੱਕ ਨਾਲ ਤੇ 8 ਸਾਲ ਦੀ ਹੋ ਜਾਣਾ ਹੈ ਬਖਤਾਵਰ ਚਾਰਦਾ ਹੋ ਜਾਊਗਾ ਤਾਂ ਉਹ ਚੀਜ਼ਾਂ ਘਟ ਜਾਣਗੀਆਂ ਤੇ ਮੈਨੂੰ ਮੇਰੇ ਲਈ ਜ਼ਿਆਦਾ ਟਾਈਮ ਮਿਲਣ ਲੱਗ ਜਾਊਗਾ ਹਨਾ ਹਾਂ ਜਦੋਂ ਤੱਕ ਉਹ ਤੁਹਾਡੇ ਤੇ ਡਿਪੈਂਡ ਨਹੀਂਗੀ ਜਿੰਨੀ ਦੇ ਤੱਕ ਤੁਸੀਂ ਆਪਣੇ ਹੱਥਾਂ ਨਾਲ ਉਹਨਾਂ ਨੂੰ ਚੱਕ ਰਹੇ ਹੋ ਬਿਠਾ ਰਹੇ ਹੋ ਖਵਾ ਰਹੇ ਹੋ ਤਾਂ ਉਹਨਾਂ ਟਾਈਮ ਤੁਸੀਂ ਥੋੜਾ ਦੇ ਮੈਨੇਜ ਕਰ ਲਓ ਹਾਂ ਹਨਾ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਵੀ ਜੇ ਕੋਈ ਕੁੜੀ ਆ ਜਿਵੇਂ ਆਪਣੇ ਵਾਲੇ ਫੀਲਡ ਦੇ ਵਿੱਚ ਹੈ ਜੇ ਕੋਈ ਤਾਂ ਆਪਾਂ ਫ੍ਰੀ ਲਾਂਸ ਵੀ ਕਰ ਸਕਦੇ ਹਾਂ ਹਨਾ ਜਿਵੇਂ ਸਾਡੀ ਇੱਕ ਫਰੈਂਡ ਆ ਨਵਦੀਪ ਤਾਂ ਉਹਦੇ ਜਦੋਂ ਬੇਟਾ ਹੋਇਆ ਤਾਂ BBC ਚੋ ਕੰਮ ਕਰਦੇ ਸੀਗੇ ਤਾਂ ਉਹਨਾਂ ਨੇ ਸਿਰਫ ਆਪਣੇ ਬੇਟੇ ਨੂੰ ਲੁੱਕ ਆਫਟਰ ਕਰਨ ਦੇ ਲਈ ਆਪਣੀ ਜੌਬ ਆ ਫ੍ਰੀਲੈਂਸ ਕੀਤੀ ਆ ਕੁਝ ਸਮੇਂ ਦੇ ਲਈ ਹਨਾ ਪਰ ਇਹ ਥੋੜੀ ਹੈਗਾ ਕਿ ਉਹ ਬਿਲਕੁਲ ਹੀ ਛੱਡ ਕੇ ਬੈ ਗਏ ਜਾਂ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦਾ ਕੈਰੀਅਰ ਹੀ ਖਤਮ ਹੋ ਗਿਆ ਕੁਝ ਟਾਈਮ ਦੇ ਲਈ ਚੀਜ਼ਾਂ ਨੂੰ ਉਹਨੇ ਮੈਨੇਜ ਕਰ ਲਓ ਉਸ ਤੋਂ ਬਾਅਦ ਮੈਂ ਕਹਿੰਦੇ ਤੁਹਾਡੇ ਕੋਲ ਇਨਫ ਟਾਈਮ ਹੁੰਦਾ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਹਨਾ ਪਰ ਇਹ ਛੋਟੇ ਛੋਟੇ ਗਿਲਟ ਜਿਵੇਂ ਰੀਸੈਂਟ ਇੰਟਰਵਿਊ ਦੇ ਵਿੱਚ ਆਲੇ ਪੁਟ ਕਹਿੰਦੇ ਕਿ ਮੈਂ ਰਾਹ ਤੋਂ ਬਾਅਦ ਜਿਹੜਾ ਪਹਿਲਾ ਸ਼ੂਟ ਕਰਨ ਗਈ ਸੀ ਸ਼ਾਇਦ ਉਹ ਕਸ਼ਮੀਰ ਗਏ ਸੀਗੇ ਕਹਿੰਦੇ ਮੈਨੂੰ ਨੀਂਦ ਨਹੀਂ ਸੀ ਆ ਰਹੀ ਕਹਿੰਦੇ ਮੈਂ ਮਤਲਬ ਵੀ ਰਣਵੀਰ ਮੈਨੂੰ ਕੰਮ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਵੀ ਉਹ ਬਿਲਕੁਲ ਠੀਕ ਆ ਕਹਿੰਦੇ ਮੈਨੂੰ ਆਈ ਲੱਗੀ ਜਾਂਦਾ ਸੀ ਵੀ ਮੈਂ ਮਾਂ ਹੋ ਕੇ ਆਪਣੇ ਬੱਚੇ ਨੂੰ ਛੱਡ ਕੇ ਕਿਵੇਂ ਆ ਸਕਦੀ ਆ ਵੀ ਉਹਨੇ ਦੁੱਧ ਪੀ ਲਿਆ ਹੋ ਉਹ ਸੌਂ ਗਈ ਹੋਗੀ ਮੈਂ ਕਹਿੰਦੀ ਆਪਣੇ ਚ ਨਹੀਂ ਕੱਲੇ ਜੇ ਆਪਾਂ ਸੋਚੀਏ ਵੀ ਯਾਰ ਆਪਾਂ ਘਰੇਲੂ ਪਰਿਵਾਰਾਂ ਦੇ ਆ ਜਾਂ ਫਿਰ ਆਪਾਂ ਮਡੀਓਕਰ ਫੈਮਿਲੀ ਦੇ ਆ ਆਪਾਂ ਨੇ ਕੋਲੇ ਸੋਰਸਿਸ ਨਹੀਂ ਹੈਗੇ ਬੱਚਿਆਂ ਨੂੰ ਸੰਭਾਲਣ ਦੇ ਜਾਂ ਕੁਝ ਇਹ ਹਰ ਮਾਂ ਨੂੰ ਹੀ ਫੀਲ ਹੁੰਦਾ ਆ ਹੈਨਾ ਪਰ ਜੇ ਅਪਕੇ ਥੋੜੇ ਜਿਹਾ ਫੈਮਿਲੀ سپورਟ ਹੋਵੇ ਥੋੜਾ ਜਿਹਾ ਅਪਏ ਸੋਚ ਲਈ ਵੀ ਯਾਰ ਜਿਵੇਂ ਮਾਂ ਬਣੀ ਤਾਂ ਮੈਂ ਕੋਈ ਗੁਨਾਹ ਥੋੜੀ ਕੀਤਾ ਆ ਆਪਣੇ ਆਪ ਨੂੰ ਇੰਨਾ ਬੰਦ ਕਰਕੇ ਨਾ ਘੁੱਟ ਕੇ ਨਾ ਰੱਖੋ ਇੰਨੇ ਜਿਆਦਾ ਸੀਰੀਅਸ ਨਾ ਹੋਜੋ ਕਿ ਤੁਹਾਨੂੰ ਇਹ ਲੱਗਣ ਲੱਗ ਜਾਵੇ ਯਾਰ ਮੈਂ ਤਾਂ ਇਹ ਪੰਗਾ ਹੀ ਲੈ ਲਿਆ ਬਿਲਕੁਲ ਹੈਨਾ ਮਦਰਹੁੱਡ ਨੂੰ ਇੰਜੋਏ ਕਰੋ ਚੀਜ਼ਾਂ ਨੂੰ ਥੋੜਾ ਥੋੜਾ ਹੋਮੀ ਹੋਮੀ ਮੈਨੇਜ ਕਰ ਲਓ ਦੇਖੋ ਗ੍ਰਦੀਪ ਬਾਹਰ ਮੈਨੂੰ ਲੱਗਦਾ ਜਾ ਕੇ ਬਹੁਤਾ ਸਿੱਖਣ ਦੀ ਵੀ ਲੋੜ ਨਹੀਂ ਹੁੰਦੀ ਤੁਹਾਡੇ ਤਾਂ ਘਰ 'ਚ ਇੱਕ ਬੰਦਾ ਹੁੰਦਾ ਜੀ ਤੂੰ ਸਿੱਖ ਲਓ ਤੁਸੀਂ ਪਿਓ ਹੈਨਾ ਪਿਓ ਇਹੀ ਚੀਜ਼ ਹੁੰਦਾ ਉਹਨੇ ਕਦੀ ਦੇਖਿਆ ਵੀ ਮੈਂ ਘਰ ਤੋਂ ਬਾਹਰ ਜਾ ਰਿਹਾ ਤਾਂ ਬੱਚਾ 8 ਵਜੇ ਉੱਠੂਗਾ ਇਹਨੂੰ ਸ਼ਾਇਦ ਉੱਠ ਕੇ ਮੇਰੀ ਲੋੜ ਮਹਿਸੂਸ ਹੋ ਉਹਨੂੰ ਪਤਾ ਕਿ ਮਾਂ ਨੇ ਕਰ ਲਿਆ ਬੱਚੇ ਤੋਂ ਬਾਅਦ ਕਹਿੰਦੇ 8 ਘੰਟੇ ਨੀਂਦ ਤੁਸੀ ਕਿਵੇਂ ਲਓ ਕਹਿੰਦੇ ਤੁਸੀਂ ਡੈਡੀ ਬਣ ਜਾਓ ਸਹੀ ਕਰ ਲੈ ਬਿਲਕੁਲ ਸੱਚੀ ਗੱਲ ਹੈ ਨਾ ਤੇ ਮੈਨੂੰ ਲੱਗਦਾ ਕਿ ਬਹੁਤੀਆਂ ਕੁੜੀਆਂ ਨਾ ਜਿਵੇਂ ਇੱਕ ਚੀਜ਼ ਤਾਂ ਤੁਸੀਂ ਕਿਹਾ ਕਿ ਇਸ ਚੀਜ਼ 'ਚ ਜਦੋਂ ਆਪਾਂ ਬੱਚੇ ਹੋ ਜਾਂਦੇ ਆ ਨਾ ਉਹਨਾਂ ਨੂੰ ਲੱਗਦਾ ਕਿ ਮੇਰਾ ਹੁਣ ਪੂਰਾ ਸਮਾਂ ਮੇਰੇ ਨਿਆਣੇ ਲਈ ਹੋਈ ਆ ਬਸ ਮੈਂ ਉਸ ਤੋਂ ਇਲਾਵਾ ਜ਼ਿੰਦਗੀ 'ਚ ਕੁਝ ਕਰ ਨਹੀਂ ਸਕੂ ਹੈ ਨਾ ਤਾਂ ਹੀ ਬਹੁਤ ਜ਼ਿਆਦਾ ਕੁੜੀਆਂ ਨੂੰ ਡਿਪਰੈਸ਼ਨ ਹੁੰਦਾ ਜਦੋਂ ਕਿਸੇ ਦੇ ਘਰੇ ਨਿਆਣਾ ਹੋਇਆ ਹੁੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਜਿਵੇਂ ਤੁਸੀਂ ਕਿਹਾ ਕਿ ਨਾ ਪਿਓ ਨੇ ਦਾੜੀ ਨਹੀਂ ਕਟਾਈ ਕੁੜੀਆਂ ਮਤਲਬ ਦੁਪਹਿਰ ਦੇ 2 ਵਜੇ ਤੱਕ ਬਾਹਰ ਨਹੀਂ ਬਾਏ ਹੁੰਦੇ ਹੈ ਨਾ ਉਹਨਾਂ ਨੂੰ ਹੁੰਦਾ ਵੀ ਨਿਆਣਾ ਹਲੇ ਸੁੱਤਾ ਨਹੀਂ ਮੈਂ ਹਲੇ ਆ ਕੰਮ ਕਰਨਾ ਤੇ ਜਿੱਥੇ ਉਹ ਇੰਨਾ ਜ਼ਿਆਦਾ ਖੁਭੀਆਂ ਵੀ ਹਨ ਉਹਨਾਂ ਨੂੰ ਸਟ्रेस ਆਪੇ ਹੀ ਮਹਿਸੂਸ ਹੋਊਗਾ ਜੇ ਘਰ 'ਚ ਸਾਰੇ ਬੰਦੇ ਨਿਆਣਾ ਆਉਣ ਦੀ ਤਿਆਰੀ ਕਰਨ ਨਾ ਕਿ ਹਾਂ ਇੱਕ ਬੱਚੇ ਦੇ ਆਉਣ ਨਾਲ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਵਧਣ ਗਿਆ ਮੈਨੂੰ ਲੱਗਦਾ ਫੇਰ ਲੋਕ ਨਾ ਇੱਕ ਬੱਚੇ ਵਾਲੀ ਚੀਜ਼ ਰੱਖਣਗੇ ਨਾ ਕੋਈ ਦੋ ਜਾਂ ਤਿੰਨ ਬੱਚੇ ਪੈਦਾ ਕਰਨ ਤੋਂ ਡਰੂਗਾ ਹਨਾ ਮੈਂ ਕਿੰਨੀ ਵੀ ਆਪਾਂ ਅੱਜਕੱਲ ਕਹਿੰਦੇ ਆ ਵੀ ਅੱਜਕੱਲ ਦੇ ਨਿਆਣੇ ਵਿਆਹ ਨਹੀਂ ਕਰਾਉਣਾ ਚਾਹੁੰਦੇ ਅੱਜਕੱਲ ਕੁੜੀਆਂ ਸਿਰਫ ਇੱਕ ਬੱਚਾ ਹੀ ਕਿਉਂ ਕਰ ਰਹੀਆਂ ਨੇ ਕਿਉਂਕਿ ਸੱਚੇ ਸੀ ਨੇ ਸਪੋਰਟਿਵ ਨਹੀਂ ਆ ਜਾਂ ਟਾਈਮ ਸਾਡਾ ਬਦਲ ਗਿਆ ਪਰ ਸਾਡੀਆਂ ਉਮੀਦਾਂ ਮਾਂ ਤੋਂ ਉਹੀ ਨੇ ਕਿਆਂ ਜਿਹੜੀਆਂ ਸਾਡੀਆਂ ਮਾਵਾਂ ਤੋਂ ਉਮੀਦਾਂ ਰੱਖੀਆਂ ਜਾਂਦੀਆਂ ਸੀ ਸਾਡੀਆਂ ਮਾਵਾਂ 24 ਘੰਟੇ ਕਰ ਹੁੰਦੀਆਂ ਸੀਗੀਆਂ ਉਦੋਂ ਪਹਿਣ ਉਹਨਾਂ ਨਾਲ ਸੀ ਗੱਲ ਕਰਦੇ ਸੀ ਉਹ ਕਹਿੰਦੀ ਕਿ ਮੈਂ ਨਹੀਂ ਕਹਿੰਦੀ ਵੀ ਆਪਣੀਆਂ ਮਾਮਾ ਨੂੰ ਟੈਨਸ਼ਨ ਨਹੀਂ ਸੀ ਹੁੰਦੀ ਕਹਿੰਦੀ ਹੁੰਦੀ ਸੀ ਪਰ ਕਹਿੰਦੀ ਆਪਾਂ ਸਾਰੀ ਪੜਾਈ ਪੜ ਲੀ ਆਪਣੇ ਮਾਪੇ ਨੂੰ ਐ ਨਹੀਂ ਸੀ ਪਤਾ ਵੀ ਇਹਨਾਂ ਦੀ ਪੜ੍ਹਾਈ ਦਾ ਸਕੋਪ ਕੀ ਆ ਅੱਗੇ ਚਾਹੇ ਕਿਹੜੀ ਪੜ੍ਹਾਈ ਪੜ੍ਹੇ ਕਹਿੰਦੀ ਉਹਨਾਂ ਨੂੰ ਸਿਰਫ ਇਹ ਪਤਾ ਹੁੰਦਾ ਸੀ ਵੀ ਇਹ ਪੜ੍ਹ ਰਹੇ ਨੇ ਤੇ ਅਸੀਂ ਇਹਨਾਂ ਦੀ ਫੀਸ ਦੇਣੀ ਆ ਹਨਾ ਹੁਣ ਅਨੰਤ ਐਲ ਕੇ ਜੀ ਚਾ ਉਹਦੇ ਨਾਲ ਮੈਨੂੰ ਵੀ ਪੜ੍ਹਨਾ ਪੈਂਦਾ ਵਾ ਉਹਨੂੰ ਐਲ ਕੇ ਜੀ ਦੇ ਵਿੱਚ ਉਹਨੂੰ ਪ੍ਰੋਜੈਕਟ ਮਿਲਦੇ ਨੇ ਹਨਾ ਜਿਹੜੇ ਕਿ ਆਪ ਕਰਨੇ ਪੈਂਦੇ ਨੇਗੇ ਕਿੰਨਾ ਸਾਰਾ ਹੋਮਵਰਕ ਆ ਜਿਹੜਾ ਉਹ ਕਰਦੀ ਹੋਈ ਨਹੀਂ ਹੈਗੀ ਤਾਂ ਉਹਦੇ ਨਾਲ ਬੈਠ ਕੇ ਤੁਹਾਨੂੰ ਵੀ ਕਰਨਾ ਪੈਂਦਾ ਆ ਹਨਾ ਅੱਜ ਦੇ ਟਾਈਮ 'ਚ ਮਾਂ ਦੀ ਜਿਹੜੀ ਜ਼ਿੰਮੇਵਾਰੀਆਂ ਜਾਂ ਉਹਦੀ ਜਿਹੜੀਆਂ ਡਿਊਟੀਆਂ ਨੇ ਉਹ ਜ਼ਿਆਦਾ ਹੋ ਗਈਆਂ ਨੇ ਹਣਾ ਤੇ ਦੂਸਰੇ ਆ ਵੀ ਅੱਜਕੱਲ ਜਿਹੜੀਆਂ ਮਾਵਾਂ ਨੇ ਮੋਸਟਲੀ ਮੋਸਟਲੀ ਜਿਹੜੀਆਂ ਉਹ ਵਰਕਿੰਗ ਨੇਗੀਆਂ ਤੇ ਉਹਨਾਂ ਦਾ ਘਰ ਤੋਂ ਵੀ ਬਾਹਰ ਸਮਾਂ ਗੁਜ਼ਰਦਾ ਆ ਹਨਾ ਤਾਂ ਇੰਨੀਆਂ ਜ਼ਿਆਦਾ ਉਮੀਦਾਂ ਆਪਾਂ ਇੱਕ ਬੰਦੇ ਤੋਂ ਨਹੀਂ ਲਾ ਸਕਦੇ ਜਿਵੇਂ ਤੁਸੀਂ ਕਿਹਾ ਕਿ ਬੱਚਾ ਜੇ ਚਾਹੁੰਦਾ ਜੇ ਉਹਦੀ ਤਿਆਰੀ ਸਾਰੇ ਮੈਂਬਰੀ ਕਰਨ ਸਭ ਨੂੰ ਹੀ ਪਤਾ ਹੋਵੇ ਕਿ ਘਰੇ ਬੱਚਾ ਆ ਰਿਹਾ ਤੇ ਉਹਦਾ ਖਿਆਲ ਸੇ ਸਭ ਨੇ ਹੀ ਰੱਖਣਾ ਆ ਤਾਂ ਮੈਨੂੰ ਲੱਗਦਾ ਕੋਈ ਕੁੜੀ ਨਹੀਂ ਚਾਹੂਗੀ ਕਿ ਵੀ ਮੈਂ ਨਿਆਣਾ ਨਹੀਂ ਪੈਦਾ ਕਰਨਾ ਹੈਗਾ ਹਨਾ ਜਾਂ ਕੋਈ ਵੀ ਕਪਲ ਇਹ ਨਹੀਂ ਕਹੂਗਾ ਕਿ ਯਾਰ ਅਸੀਂ ਬੱਚਾ ਨਹੀਂ ਲੈਣਾ ਹੈਗਾ ਕੁਸ਼ਕ ਗਗਰਦੀਪ ਦੇਖੋ ਅਸੀਂ ਨਾ ਜ਼ਿੰਦਗੀ ਦੇ ਬਦਲਾਅ ਨੂੰ ਵੀ ਛੇਤੀ ਨਹੀਂ ਮੰਨਦੇ ਹੈਗੇ ਹੁਣ ਜਦੋਂ ਆਪਾਂ ਕੁਆਰੇ ਹੁੰਨੇ ਹਾਂ ਸਾਡੀ ਆਪਣੀ ਮौज ਹੁੰਦੀ ਆ ਅਸੀਂ ਕਿਹੜੇ ਵੇਲੇ ਉੱਠਣਾ ਕਿਹੜੇ ਵੇਲੇ ਪੜਨਾ ਕੀ ਖਾਣਾ ਹਨਾ ਜਦੋਂ ਅਸੀਂ ਵਿਆਹ ਜਾਂਦੇ ਆ ਅਸੀਂ ਜ਼ਿੰਦਗੀ ਐਡਜਸਟਮੈਂਟ ਕਰਦੇ ਆ ਨਾ ਸਾਨੂੰ ਪਤਾ ਹੁੰਦਾ ਕਿ ਅਸੀਂ ਨਵੇਂ ਘਰ ਚਾ ਸਾਨੂੰ ਇਹਨਾਂ ਦੇ ਤੌਰ ਤਰੀਕਿਆਂ ਨਾਲ ਚੱਲਣਾ ਹੀ ਪੈਣਾ ਹਨਾ ਜਦੋਂ ਤੁਹਾਡੇ ਬੱਚਾ ਹੁੰਦਾ ਤਾਂ ਜ਼ਿੰਦਗੀ 'ਚ ਉਸ ਤੋਂ ਇੱਕ ਤੀਜਾ ਬਦਲਾ ਆ ਜਾਂਦਾ ਜਾ ਕੇ ਹਨਾ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਥੋੜਾ ਜਿਹਾ ਬਸ ਆਪਣੇ ਆਪ ਨੂੰ ਹੋਰ ਜ਼ਿਆਦਾ ਪੁਸ਼ ਕਰਨਾ ਪੈਂਦਾ ਕਿ ਹਾਂ ਹੁਣ ਮੇਰੇ ਕੋਲ ਇੱਕ ਤੀਜੀ ਜ਼ਿੰਮੇਵਾਰੀ ਆ ਹਨਾ ਉਹ ਜ਼ਿੰਮੇਵਾਰੀ ਵੀ ਤੁਹਾਡੀ ਪਸੰਦ ਦੀ ਹੋਈ ਹੁੰਦੀ ਆ ਐਵੇਂ ਤਾਂ ਹੁੰਦਾ ਨਹੀਂ ਕਿ ਨਿਆਣਾ ਮਤਲਬ ਆਪਣੇ ਆਪ ਹੀ ਡਿੱਗ ਗਿਆ ਕਿਤੋਂ ਹਨਾ ਤੇ ਜੇ ਤੁਸੀਂ ਉਸ ਚੀਜ਼ ਨੂੰ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਚ ਹੋਵੇ ਮੈਨੂੰ ਲੱਗਦਾ ਫਿਰ ਥੋੜਾ ਜਿਹਾ ਇਹ ਹੁੰਦਾ ਕਿ ਉੱਥੇ ਤੁਸੀਂ ਨਾ ਮੈਂ ਮਜਲੂਮ ਜੇ ਬਣਨ ਨਾਲੋਂ ਵੀ ਹਾਏ ਮੈਂ ਤਾਂ ਹੁਣ ਮਾਂ ਬਣ ਗਈ ਹੁਣ ਤਾਂ ਮੈਂ ਕੁਝ ਨਹੀਂ ਕਰ ਸਕਦੀ ਬਹੁਤੀਆਂ ਕੁੜੀਆਂ ਇਸ ਚੀਜ਼ ਦਾ ਬਹਾਨਾ ਵੀ ਲੈ ਲੈਂਦੀਆਂ ਨੇ ਮੈਂ ਇੱਕ ਦਿਨ ਜੀਅਨੀ ਕਾਲਜ ਜਾਣਾ ਸੀਗਾ ਹਨਾ ਮੇਰਾ ਉੱਥੇ ਉਹਨਾਂ ਨੇ ਮੈਨੂੰ ਕਾਲ ਕੀਤਾ ਕਹਿੰਦੇ ਵੀ ਤੁਹਾਡਾ ਲੈਕਚਰ 9 ਵਜੇ ਸ਼ੁਰੂ ਹੋ ਜਾਣਾ ਮੈਂ ਤੁਸੀ ਯਕੀਨ ਮੰਨੋਗੇ ਮੈਂ ਰਾਤ ਨੂੰ 2:30 ਵਜੇ ਉੱਠੀ ਹਨਾ ਮੈਂ 2:30 ਵਜੇ ਉੱਠ ਕੇ ਸਾਰੀ ਮਤਲਬ ਟੱਬਰ ਦਾ ਖਾਣਾ ਬਣਾਇਆ ਦੁਪਹਿਰ ਤੱਕ ਦਾ ਵੀ ਬਣਾਇਆ ਸਾਰੇ ਟੋਟਲ ਕੰਮ ਕੀਤੇ ਜਿਹੜੇ ਮੈਂ ਘਰੇ ਜਦੋਂ ਘਰੋਂ 8:00 ਵਜੇ ਨਿਕਲਦੀਆਂ ਉਦੋਂ ਮੈਂ ਕਰਨੇ ਹੁੰਦੇ ਹਨਾ ਤੇ ਪੌਣੇ 7:00 ਵਜੇ ਮੈਂ ਆਪਣੀ ਬੱਸ ਲਈ ਤੇ ਮੈਂ ਉੱਥੇ ਜਾ ਕੇ ਮੇਰਾ ਲੈਕਚਰ ਵੀ ਆਇਆ ਸੀ ਮੈਂ ਉੱਥੇ ਕੁੜੀਆਂ ਨੂੰ ਇਹੀ ਕਿਹਾ ਮੈਂ ਕਿਹਾ ਵੀ ਅਸੀਂ ਹਮੇਸ਼ਾ ਜ਼ਿੰਦਗੀ 'ਚ ਬਹਾਨੇ ਲਾਉਨੇ ਮੈਨੂੰ ਉਹਨੇ ਨਹੀਂ ਕੁਝ ਕਰਨ ਦਿੱਤਾ ਮੈਨੂੰ ਮੇਰੇ ਪਿਓ ਨੇ ਨਹੀਂ ਕਰਨ ਦਿੱਤਾ ਮੈਨੂੰ ਮੇਰੇ ਘਰ ਵਾਲੇ ਨਹੀਂ ਮੈਂ ਕਿਹਾ ਜੇ ਤੁਸੀਂ ਪੂਰੀ ਨਵਾਂ ਨੇ ਹੋਣਾ ਜੇ ਮੈਂ ਅੱਜ ਘਰੋਂ ਨਿਕਲਣਾ ਸੀ ਮੇਰੇ ਘਰਦਿਆਂ ਨੂੰ ਪਤਾ ਸੀ ਵੀ ਦੁਪਹਿਰ ਦੀ ਰੋਟੀ ਬਣੀ ਹੋਈ ਆ ਸਵੇਰ ਦਾ ਸਾਰਾ ਕੰਮ ਕਰਕੇ ਗਈ ਆ ਮੈਂ ਕਿਹਾ ਮੈਨੂੰ ਕਿਵੇਂ ਕੋਈ ਕਹਿ ਦੂਗਾ ਵੀ ਤੂੰ ਘਰ ਤੋਂ ਬਾਹਰ ਨਾ ਜਾ ਹਨਾ ਜੇ ਹੁਣ ਅਸੀਂ ਉਸ ਚੀਜ਼ ਚੈਨਾ ਖੁੱਭ ਗਿਆ ਕਿ ਬੱਚਾ ਹੋ ਗਿਆ 24 ਘੰਟੇ ਮੈਂ ਹੀ ਬੱਚੇ ਦੇ ਆਲੇ ਦੁਆਲੇ ਰਹੂੰਗੀ ਮੈਂ ਹੀ ਇਹਨੂੰ ਨਿਵਾਉਂਗੀ ਮੈਂ ਹੀ ਇਹਨੂੰ ਰੋਟੀ ਖਵਾਉਂਗੀ ਪੋਤੀਆਂ ਮਾਵਾ ਭਰੋਸਾ ਵੀ ਨਹੀਂ ਕਰਦੀ ਉਹਨਾਂ ਨੂੰ ਦਾਦੇ ਦਾਦੀਆਂ ਤੇ ਭਰੋਸਾ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਘਰ ਵਾਲੇ ਤੇ ਨਹੀਂ ਭਰੋਸਾ ਹੁੰਦਾ ਮਤਲਬ ਉਹਨਾਂ ਚ ਆਪਾਂ ਵੀ ਆਉਣੇ ਆ ਆਪਣੇ ਹਸਬੰਡ ਬੱਚੇ ਨੂੰ ਬਾਹਰ ਕਿਤੇ ਘਮਾਉਣ ਲੈ ਕੇ ਜਾ ਰਹੇ ਨੇ ਅਸੀਂ 10 ਵਾਰ ਦੱਸਾਂਗੇ ਵਿਚਨਾਂ ਛੱਡ ਜੋ ਕਾਰ ਦਾ ਸ਼ੀਸ਼ਾ ਡਾਊਨ ਨਾ ਕਰਿਓ ਇਹ ਕਿਤੇ ਹੱਥ ਨਾ ਬਾਹਰ ਕੱਢ ਲਵੇ ਅਸੀਂ ਭੁੱਲ ਜਾਂਦੇ ਆ ਵੀ ਉਹ ਬੱਚੇ ਦਾ ਪਿਓ ਆ ਉਹਨੂੰ ਵੀ ਨਿਆਣਾ ਉਹਨਾਂ ਹੀ ਲਾਜ਼ਮੀ ਆ ਨਾ ਮੈਂ ਕਿੰਨੇ ਸਾਲ ਘਰੇ ਰਹੀ ਮੈਂ ਇਸੇ ਲਈ ਰਹੀ ਵੀ ਮੈਨੂੰ ਲੱਗਦਾ ਸੀ ਮੇਰੇ ਨਿਆਣਿਆਂ ਨੂੰ ਸ਼ਾਇਦ ਮੇਰੀਓ ਜ਼ਰੂਰਤ ਆ ਹੁਣ ਵੀ ਮੇਰੇ ਨਿਆਣੇ ਘਰੇ ਰਹਿੰਦੇ ਨੇ ਉਹਨਾਂ ਨੂੰ ਉਸੇ ਵਕਤ ਚਾਹ ਮਿਲਦੀ ਆ ਉਸੇ ਵਕਤ ਰੋਟੀ ਮਿਲ ਜਾਂਦੀ ਆ ਤੇ ਉਹ ਮੈਨੂੰ ਜਾ ਕੇ ਕਹਿੰਦੇ ਹੁੰਦੇ ਆ ਵੀ ਤੁਹਾਡੇ ਨਾਲੋਂ ਜ਼ਿਆਦਾ ਹੀ ਖੁਸ਼ ਰਹਿੰਦੇ ਆ ਅਸੀਂ ਵੀ ਕੋਈ ਇਹ ਨਹੀਂ ਕਹਿਣਾ ਵਾਲਾ ਹੁੰਦਾ ਵੀ ਭਾਂਡੇ ਇੱਥੇ ਰੱਖ ਦੇ ਟੇਬਲ ਸਾਫ਼ ਰੱਖ ਲੈ ਆਹ ਚੀਜ਼ ਐਂ ਕਰ ਲੈ ਜੇ ਹੁਣ ਅਸੀਂ ਕਿਰਦੀ ਪੁੱਛੀਤ ਚੋਂ ਬਾਹਰ ਨਹੀਂ ਆ ਰਹੇ ਫਿਰ ਕਿਸੇ ਬੰਦੇ ਦਾ ਕੋਈ ਕਸੂਰ ਨਹੀਂ ਹੈਗਾ ਹੈਨਾ ਮੇਰੇ ਨਾਲ ਭੈਣ ਹੁਣੀ ਜਦੋਂ ਉਹਨਾਂ ਦੇ ਦੂਜਾ ਬੱਚਾ ਆਇਆ ਉਸ ਤੋਂ ਬਾਅਦ ਉਹ ਇੱਕ ਰੋਡ ਟ੍ਰਿਪ ਤੇ ਗਏ ਸੀਗੇ ਹੈਨਾ ਤਾਂ ਮੈਨੂੰ ਕਿਹਾ ਕਿ ਤੈਨੂੰ ਅੱਖਾਂ ਨਹੀਂ ਲੱਗਦਾ ਦੋ ਬੱਚਿਆਂ ਦੀ ਉਹਨੂੰ ਕਹਿੰਦੀ ਨਾ ਬਿਲਕੁਲ ਅੱਖਾਂ ਲੱਗਦੇ ਐ ਉਹ ਕਹਿੰਦੀ ਆਪਣਾ ਕਰ ਲੈਂਦੀ ਤੇ ਨਿਆਣਿਆਂ ਦੇ ਬਸ ਕੱਪੜੀ ਪੈਕ ਕਰਨੀ ਹੁੰਦੇ ਨੇਗੇ ਤੇ ਮੈਂ ਦੇਖਿਆ ਕਿ ਕਈ ਲੋਕਾਂ ਤੋਂ ਮੈਂ ਇਹ ਵੀ ਗੱਲ ਸੁਣਦੀ ਆ ਵੀ ਜਦੋਂ ਨੂੰ ਸਾਡੇ ਬੱਚਾ ਹੋਇਆ ਸੰਤੋਂ 6 ਮਹੀਨੇ ਹੋ ਗਏ ਕਿਤੇ ਬਾਹਰ ਗਿਆ ਨੂੰ ਹਾਂ ਨਾ ਕਿਉਂਕਿ ਸਾਨੂੰ ਇਹ ਲੱਗਦਾ ਕਿ ਕਿੱਥੇ ਨਿਆਣੇ ਨਾਲ ਜਾਵਾਂਗੇ ਇਹਨੂੰ ਤਿਆਰ ਕਰਾਂਗੇ ਇਹਦਾ ਨਾਲ ਸਾਰਾ ਸਮਾਨ ਚੱਕਾਂਗੇ ਇਹਦਾ ਖਾਣ ਪੀਣ ਨਾਲ ਚੱਕਾਂਗੇ ਤਾਂ ਉਹ ਇਹ ਕਹਿ ਦਿੰਦੇ ਨੇ ਕਿ ਆਪਾਂ ਬਾਹਰ ਹੀ ਨਹੀਂ ਜਾਂਦੇ ਹੈਗੇ ਹਾਂ ਮੈਂ ਕਹਿੰਦੀ ਥੋੜੀ ਜਿਹੀ ਐਫਰਟ ਕਰ ਲੋ ਥੋੜਾ ਥੋੜਾ ਇੱਕ ਬੈਗ ਤੁਸੀਂ ਨਿਆਣੇ ਦਾ ਹੁਣ ਤਾਂ ਇੰਨੀ ਸਹੂਲਤ ਆ ਗਈ ਇੱਕ ਬੈਗ ਤੁਸੀਂ ਨਿਆਣੇ ਦਾ ਹਮੇਸ਼ਾ ਰੈਡੀ ਰੱਖੋ ਜਿਹਦੇ ਵਿੱਚ ਉਹਦੇ ਸਿਰਫ ਦੋ ਕੱਪੜੇ ਹੋਣ ਉਹਦੇ ਖਾਣ ਦਾ ਸਮਾਨ ਉਹ ਵੀ ਦੀ ਬੋਟਲ ਪਾਉਣ ਲਈ ਤੁਹਾਡੇ ਕੋਲ ਥਾਂ ਹੋਵੇ ਤਾਂ ਤੁਸੀਂ ਉਹ ਬੈਗ ਚੱਕ ਕੇ ਤੁਸੀਂ ਕਦੇ ਵੀ ਬਾਹਰ ਜਾ ਸਕਦੇ ਹੋ ਹਾਂ ਇਹ ਨਹੀਂ ਵੀ ਤੁਸੀਂ ਬਹੁਤ ਹੀ ਦਿਨ ਲਾ ਕੇ ਆਉਣੇ ਨਗੇ ਹਨਾ ਤੁਸੀਂ ਦੋ ਚਾਰ ਘੰਟੇ ਜਾਣ ਲੱਗੇ ਹੋ ਐ ਕਹੀ ਉਹਨੇ ਕਿੱਥੇ ਤਿਆਰ ਹੋਵਾਂਗੀ ਨਿਆਣੇ ਨੂੰ ਤਿਆਰ ਕਰੂੰਗੀ ਸੌਜ ਦੀਆਂ ਚੀਜ਼ਾਂ ਚੱਕੂੰਗੀ ਫੇਰ ਜਾਊਂਗੀ ਹਨਾ ਮੈਂ ਕਿਹਾ ਵੀ ਫੇਰ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਹੈਗੇ ਕਿ ਮੇਰੀ ਜ਼ਿੰਦਗੀ ਤਾਂ ਘਰ ਜੋਗੀ ਹੀ ਰਹੇਗੀ ਹੈਨਾ ਕਿਉਂਕਿ ਉੱਥੇ ਐਫਰਟ ਕਰਨਾ ਸਾਨੂੰ ਔਖਾ ਲੱਗ ਰਿਹਾ ਵਾ ਹੈਨਾ ਜਾਂ ਤੁਹਾਨੂੰ ਇਹ ਲੱਗਾ ਕਿ ਨਹੀਂ ਬੱਚੇ ਨੂੰ ਬਾਹਰ ਬਾਹਰ ਨਹੀਂ ਲੈ ਕੇ ਜਾਣਾ ਇੰਨਾ ਟਾਈਮ ਜਾਂ ਮੈਂ ਇਹਨੂੰ ਘਰੇ ਰੱਖੂੰਗੀ ਜੇ ਮੈਂ ਇਹਨੂੰ ਘਰੇ ਰੱਖ ਰਹੀ ਆ ਤਾਂ ਹੀ ਮੈਂ ਇਹਨੂੰ ਜਿਆਦਾ ਵਧੀਆ ਤਰੀਕੇ ਨਾਲ ਸੰਭਾਲ ਸਕਦੀ ਆ ਹੈਨਾ ਜਿਵੇਂ ਤੁਸੀਂ ਕਿਹਾ ਕਿ ਬੱਚੇ ਵੀ ਇੰਜੋਏ ਕਰਦੇ ਨੇ ਕਿ ਚਾਹੇ ਉਹ ਇਸ ਟਾਈਮ ਤੁਹਾਨੂੰ ਬੋਲ ਕੇ ਨਹੀਂ ਦੱਸਦੇ ਪਰ ਉਹਨਾਂ ਨੂੰ ਵੀ ਇੱਕ ਵਾਰੀ ਨਾ ਬਦਲੇ ਬਦਲਿਆ ਹੋਇਆ ਚੰਗਾ ਲੱਗਦਾ ਹੁੰਦਾ ਜਦੋਂ ਆਪਾਂ ਨਿਆਣੇ ਨੂੰ ਬਦਲ ਕੇ ਕਿਸੇ ਦੂਜੇ ਘਰ ਲੈ ਕੇ ਜਾਂਦੇ ਹਾਂ ਨਾ ਘਰ ਦੀ ਛਾਤੀ ਰਹੀ ਜਾਂਦਾ ਉਹਨੂੰ ਪਤਾ ਲੱਗਦਾ ਕਿ ਮੈਂ ਵੀ ਕਿਸੇ ਦੂਜੀ ਥਾਂ ਆਇਆ ਹਾਂ ਨਾ ਕਿਸੇ ਬਦਲਮੀ ਥਾਂ ਆਇਆ ਤਾਂ ਥੋੜਾ ਥੋੜਾ ਬਦਲਾ ਤੁਸੀਂ ਉਸ ਟਾਈਮ ਤੇ ਇਹਨਾਂ ਨੂੰ ਕਿ ਮੈਂ ਮਾਂ ਬਣੀ ਤੇ ਹੁਣ ਮੈਂ ਘਰੋਂ ਨਿਕਲ ਹੀ ਨਹੀਂ ਸਕਦੀ ਜੋ ਮੇਰੇ ਤੇ ਬਹੁਤ ਵੱਡੀ ਕੋਈ ਜ਼ਿੰਮੇਵਾਰੀ ਪੈ ਗਈ ਓਬਵੀਅਸਲੀ ਮਾਂ ਨੂੰ ਪਿਓ ਨਾਲੋਂ ਜ਼ਿਆਦਾ ਹੀ ਕਰਨਾ ਪੈਂਦਾ ਕਿਉਂਕਿ ਇਹ ਚੀਜ਼ ਸਾਡੇ ਖੂਨ 'ਚ ਨੇ ਕਿ ਸਾਨੂੰ ਕੇਅਰ ਕਰਨੀ ਆਉਂਦੀ ਆ ਹਨਾ ਘਰ ਸੰਭਾਲਣੇ ਆਉਂਦੇ ਨੇ ਜਾਂ ਬੱਚੇ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਣੇ ਆਉਂਦੇ ਨੇ ਆਪਾਂ ਨੂੰ ਤੇ ਇਹਦੇ ਵਿੱਚ ਇਹ ਵੀ ਨਾ ਤੁਸੀਂ ਕਸੂਰ ਕੱਢੋ ਵੀ ਮੈਂ ਹੀ ਕਿਉਂ ਕਰਾਂ ਹਨਾ ਹਾਂ ਤੁਸੀਂ سپورਟ ਜ਼ਰੂਰ ਮੰਗੋ ਇੱਕ ਇਹ ਵੀ ਚੀਜ਼ ਹੈ ਪੈਣੀ ਕਿ ਕਈ ਵਾਰੀ ਨਾ ਆਪਾਂ ਹੈਲਪ ਲੈਣ ਤੋਂ ਵੀ ਇਹ ਕਹਿੰਦੇ ਮੈਂ ਕਿਉਂ ਕਿਸੇ ਨੂੰ ਕਹਾ ਹਾਂ ਜਦੋਂ ਤੁਸੀਂ ਮਾਂ ਬਣਦੇ ਹੋ ਤੇ ਵਾਕਈ ਤੁਹਾਨੂੰ ਮੈਂ ਕਹਿੰਦੀ ਦੂਜੀ ਵਾਰ ਤਾਂ ਮੈਂ ਸੱਚੀ ਮਹਿਸੂਸ ਕੀਤਾ ਕਿ ਮੈਨੂੰ ਬਹੁਤ ਹੈਲਪ ਦੀ ਜ਼ਰੂਰਤ ਸੀਗੀ ਹਨਾ ਕਿਸੇ ਨੂੰ ਕਹਿਣ ਨਾਲੋ ਚਾਹੇ ਕੋਈ ਤੁਹਾਡੇ ਘਰ ਦਾ ਮੈਂਬਰ ਹੈ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਜੇ ਤੁਹਾਨੂੰ ਲੱਗਦਾ ਕਿ ਦੋ ਦਿਨ ਤੁਹਾਨੂੰ ਕਿਸੇ ਦੀ ਹੈਲਪ ਚਾਹੀਦੀ ਹੈ ਨਾ ਤੁਸੀਂ ਉਹਨਾਂ ਨੂੰ ਜ਼ਰੂਰ ਕਹੋ ਹਨਾ ਰਾਤ ਨੂੰ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੱਚਾ ਹੈਂਡਲ ਨਹੀਂ ਹੋ ਰਿਹਾ ਹੈਗਾ ਜਾਂ ਤੁਹਾਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤੁਸੀਂ ਘਰ ਦੇ ਦੂਜੇ ਮੈਂਬਰ ਨੂੰ ਉਠਾ ਸਕਦੇ ਹੋ ਹਨਾ ਜਦੋਂ ਆਪਾਂ ਕਹਿੰਦੇ ਮੈਂ ਮੈਂ ਕਿਉਂ ਕਿਸੇ ਨੂੰ ਕਿਉਂ ਕਹਾ ਹਨਾ ਤਾਂ ਉੱਥੇ ਵੀ ਕਈ ਵਾਰੀ ਫਿਰ ਅਸੀਂ ਆਪਣੇ ਆਪ ਨੂੰ ਹੀ ਤੰਗ ਕਰ ਰਹੇ ਹੁੰਦੇ ਆ ਹਨਾ ਤੁਸੀਂ ਘਰ ਦੇ ਦੂਜੇ ਮੈਂਬਰ ਨੂੰ ਵੀ ਕਹਿ ਸਕਦੇ ਹੋ ਵੀ ਤੁਸੀਂ ਬੱਚੇ ਨੂੰ ਦੁੱਧ ਪਿਆ ਸਕਦੇ ਹੋ ਜਾਂ ਤੁਸੀਂ ਇਹਨੂੰ 10 ਮਿੰਟ ਲਈ ਫੜ ਸਕਦੇ ਹੋ ਵੀ ਐਸ ਟਾਈਮ ਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਨਾ ਤਾਂ ਮੈਨੂੰ ਲੱਗਾ ਕਿ ਸਾਰੇ ਸਮਝਦੇ ਹੁੰਦੇ ਨੇ ਥੋੜਾ ਥੋੜਾ ਜੇ ਤੁਹਾਡੀ ਫੈਮਿਲੀ ਚੰਗੀ ਹੈ ਤਾਂ ਉਹ ਇਸ ਚੀਜ਼ ਨੂੰ ਜ਼ਰੂਰ ਸਮਝੋਗੇ ਕਿ ਹਾਂ ਇਹ ਸਾਰੇ ਦਿਨ ਦੀ ਵੀ ਬੱਚੇ ਨੂੰ ਸੰਭਾਲ ਰਹੀ ਆ ਤੇ ਪੂਰੀ ਰਾਤ ਵੀ ਸੰਭਾਲ ਰਹੀ ਆ ਤਾਂ ਜੇ ਇੱਕ ਵਾਰੀ ਅਸੀਂ ਵਿੱਚੋਂ 10 ਮਿੰਟ ਬੱਚਾ ਫੜ ਲਾਂਗੇ ਤਾਂ ਕੋਈ ਬਹੁਤ ਵੱਡੀ ਕੋਈ ਗੱਲ ਨਹੀਂ ਹੈਗੀ ਕੋਈ ਤੁਹਾਨੂੰ ਇਹ ਨਹੀਂ ਕਹਿਣ ਲੱਗਿਆ ਹੈਗਾ ਕਿ ਇਹਦੇ ਤੋਂ ਬੱਚਾ ਨਹੀਂ ਸੰਭਾਲਿਆ ਜਾਂਦਾ ਕੋਈ ਕੁੜੀਆਂ ਦੇ ਦਿਮਾਗ 'ਚ ਇਹ ਵੀ ਚੀਜ਼ ਹੁੰਦੀ ਆ ਵੀ ਕੋਈ ਮੈਨੂੰ ਇਹ ਨਾ ਕਹਿ ਦੇਵੇ ਵੀ ਯਾਰ ਇਹਦੇ ਤੋਂ ਨਿਆਣਾ ਨਹੀਂ ਸੰਭ ਹੋ ਰਿਹਾ ਹਾਂ ਹੈਨਾ ਉਹ ਚੀਜ਼ਾਂ ਛੱਡ ਦਿਓ ਉਹ ਚੀਜ਼ਾਂ ਕੱਢ ਦਿਓ ਦਿਮਾਗ ਦੇ ਵਿੱਚੋਂ ਜੇ ਕੋਈ ਤੁਹਾਨੂੰ ਕੋਈ ਕਹਿ ਵੀ ਦਊਗਾ ਫਿਰ ਕਿਵੇਂ ਫਿਰ ਵੀ ਕਿੱਡੀ ਕੁ ਗੱਲ ਹੈ ਹੈਨਾ ਤੁਹਾਨੂੰ ਪਤਾ ਨਾ ਵੀ ਤੁਸੀਂ ਆਪਣੇ ਬੱਚੇ ਲਈ ਕਿੰਨਾ ਕਰ ਰਹੇ ਹੋ ਜਾਂ ਕਿੰਨੇ ਡੈਡੀਕੇਟਡ ਹੋ ਜਾਂ ਕਿੰਨੀ ਤੁਸੀਂ ਉਹਦੀ ਸੰਭਾਲ ਕਰ ਰਹੇ ਹੋ ਤੇ ਤੁਹਾਡੇ ਬੱਚੇ ਵੀ ਤੁਹਾਡਾ ਤਾਂ ਹੀ ਕਰਦੇ ਹੁੰਦੇ ਨੇ ਨਾ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀ ਮਾਂ ਸਾਡਾ ਕਰਦੀ ਹੈ ਹਨਾ ਰਾਤ ਨੂੰ ਬੱਚੇ ਚਾਹੇ ਜਿੰਨੇ ਮਰਜੀ ਜਾਣੇ ਘਰੇ ਹੁਣ ਮਾਂ ਨੂੰ ਲੱਭਦੇ ਫਿਰਦੇ ਹੁੰਦੇ ਨੇਗੇ ਹਨਾ ਉਹ ਤਾਂ ਹੀ ਲੱਭਦੇ ਨੇ ਉਹਨਾਂ ਨੂੰ ਪਤਾ ਵੀ ਸਾਡੀ ਮਾਂ ਸਾਡੇ ਲਈ ਕਰਦੀ ਆ ਹਨਾ ਤਾਂ ਇਹ ਵੀ ਚੀਜ਼ ਨਾ ਸੋਚੋ ਵੀ ਕੋਈ ਤੁਹਾਨੂੰ ਇਹ ਕਹਿ ਦੂਗਾ ਵੀ ਯਾਰ ਇਹਦੇ ਤੋਂ ਨਿਆੜੀ ਨਹੀਂ ਸੰਭਾਲ ਹੋ ਰੇ ਤੇ ਮੈਂ ਕਿਹਨੀ ਆ ਉੱਥੇ ਜੇ ਕੋਈ ਤੁਹਾਨੂੰ ਸੱਚੀ ਮਾਂ ਕੋਈ ਆ ਕੇ ਕਹਿੰਦੀ ਆ ਨਾ ਵੀ ਮੈਨੂੰ ਥੋੜੀ ਹੈਲਪ ਚਾਹੀਦੀ ਆ ਜਾਂ ਮੈਨੂੰ ਬ੍ਰੇਕ ਚਾਹੀਦੀ ਆ ਤੁਸੀਂ ਮੇਰਾ ਬੱਚਾ ਥੋੜੇ ਟਾਈਮ ਲਈ ਦੇਖ ਸਕਦੇ ਹੋ ਘੰਟੇ ਲਈ 2 ਘੰਟੇ ਲਈ ਤਾਂ ਤੁਸੀਂ ਵੀ ਅੱਗ ਮੁਰੇ ਇਹ ਨਾ ਕਹੋ ਬਿੱਲਾ ਜੇ ਸੰਭਾਲਣੀ ਨਹੀਂ ਆਉਂਦੇ ਜਾਂ ਸੰਭਾਲ ਨਹੀਂ ਸਕਦੇ ਫਿਰ ਕੀਤੇ ਕਾਸ ਨੂੰ ਹੈਨਾ ਇਹ ਇਹਨਾਂ ਚੀਜ਼ਾਂ ਨੂੰ ਮੈ ਕਿਹਨੇ ਸਮਝਣ ਦੀ ਲੋੜ ਆ ਜੇ ਅਸੀਂ ਚਾਹਨੇ ਆ ਵੀ ਕੁੜੀਆਂ ਮਾਂ ਬਣਨ ਸਾਡੀ ਜਨਰੇਸ਼ਨ ਅੱਗੇ ਹੋਵੇ ਲੋਕੀ ਸਾਡੇ ਇੱਕ ਇੱਕ ਬੱਚੇ ਤੇ ਸੀਮਤ ਨਾ ਰਹਿਣ ਤਾਂ ਸਾਨੂੰ ਮਦਰਹੁੱਡ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਨਾਲੋਂ ਇਨ ਜੁਆਇਫੁਲ ਜ਼ਿਆਦਾ ਬਣਾਉਣਾ ਚਾਹੀਦਾ ਹੈ ਹਾਂ ਦੇਖੋ ਗਰਦੀਪ ਇੱਕ ਚੀਜ਼ ਹੋਰ ਵੀ ਆ ਕਦੇ ਵੀ ਆਪਾਂ ਇੱਕੋ ਕਰੈਕਟਰ ਚ ਤਾਂ ਨਹੀਂ ਨਾ ਰਹਿੰਦੇ ਸਾਰੀ ਉਮਰ ਜਦੋਂ ਅਸੀਂ ਕੁੜੀਆਂ ਹੁੰਨੇ ਆ ਤਾਂ ਅਸੀਂ ਇੱਕ ਇਹ ਥੋੜੀ ਵੀ ਅਸੀਂ ਕੱਲੀਆਂ ਕਿਸੇ ਦੀਆਂ ਭੈਣਾਂ ਹੀ ਹੁੰਨੇ ਆ ਹਨਾ ਅਸੀਂ ਕਿਸੇ ਦੀਆਂ ਧੀਆ ਵੀ ਹੁੰਨੇ ਆ ਅਸੀਂ ਕਿਸੇ ਦਾ ਕੋਈ ਹੋਰ ਰਿਸ਼ਤਾ ਵੀ ਸਾਡੇ ਨਾਲ ਹੁੰਦਾ ਜਦੋਂ ਤੁਸੀਂ ਵਿਆਹ ਜਾਂਦੇ ਹੋ ਤੁਸੀਂ ਕਿਸੇ ਬੰਦੇ ਦੀ ਕੱਲੀ ਘਰ ਵਾਲੀ ਤਾਂ ਨਹੀਂ ਹੁੰਦੇ ਹਨਾ ਜਦੋਂ ਅਸੀਂ ਮਾਂ ਬਣਦੇ ਆ ਉਦੋਂ ਅਸੀਂ ਸਿਰਫ ਕੱਲੀ ਮਾਂ ਬਣ ਕੇ ਰਹਿ ਜਾਂਦੇ ਆ ਉਹ ਉਦੋਂ ਸਾਡੀ ਸੋਚ ਬਣਦੀ ਆ ਉਦੋਂ ਅਸੀਂ ਕਿਸੇ ਦੀ ਘਰ ਵਾਲੀ ਵੀ ਨਹੀਂ ਰਹਿਣਾ ਚਾਹੁੰਦੇ ਮਤਲਬ ਅਸੀਂ ਆਪਾਂ ਬਹੁਤ ਸਾਰੇ ਬੰਦਿਆਂ ਨੂੰ ਇਹ ਸ਼ਿਕਾਇਤ ਕਰਦੇ ਸੁਣਦੇ ਆ ਕਿ ਇਹ ਸਿਰਫ ਬੱਚੇ ਤੇ ਮਤਲਬ ਉਹ ਹੋ ਗਈ ਹੈ ਨਾ ਵੀ ਇਹਨੂੰ ਬਾਕੀ ਆਲੇ ਦੁਆਲੇ ਕੀ ਹੋ ਰਿਹਾ ਇਹਨੂੰ ਕੁਝ ਨਹੀਂ ਪਤਾ ਸਾਡੀ ਅਟੈਚਮੈਂਟ ਘਟ ਜਾਂਦੀ ਹੈ ਆਪਣੇ ਲਾਈਫ ਪਾਰਟਨਰ ਨਾਲ ਹੁਣ ਉਹ ਚੀਜ਼ ਅਸੀਂ ਚੁਣੀ ਆ ਕਿਸੇ ਨੇ ਤਾਂ ਸਾਡੇ ਤੇ ਨਹੀਂ ਬੰਨੀ ਹੈਗੀ ਕਿ ਤੂੰ ਸਿਰਫ ਇਹੀ ਇੱਕ ਕੈਰੈਕਟਰ ਪਲੇ ਕਰਨਾ ਅਸੀਂ ਜਦੋਂ ਤੱਕ ਨਿਆਣਾ 5-6 ਸਾਲ ਦਾ ਨਹੀਂ ਹੁੰਦਾ ਅਸੀਂ ਸਿਰਫ ਇੱਕੋ ਕੈਰੈਕਟਰ ਪਲੇ ਕਰ ਰਹੇ ਹਾਂ ਕਿ ਮੇਰੇ ਲਈ ਇੰਪੋਰਟੈਂਟ ਈ ਇਹ ਚੀਜ਼ਾਂ ਇਸ ਤੋਂ ਆਲੇ ਦੁਆਲੇ ਦੁਨੀਆ ਹੈ ਨਹੀਂਗੀ ਮੇਰੇ ਲਈ ਮੈਂ ਵੀ ਨਹੀਂ ਹਾਂ ਮੈਂ ਵੀ ਇੰਪੋਰਟੈਂਟ ਨਹੀਂ ਹੈ ਸਹੀ ਗੱਲ ਆ ਮਤਲਬ ਆਪਾਂ ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਅਸੀਂ ਹੁਣ ਆਪਣੇ ਨਿਆਣਿਆਂ ਨੂੰ ਕਹਿਣਾ ਸਿੱਖਿਆ ਵੀ ਆ ਇੱਕ ਘੰਟੇ ਚ ਮੈਨੂੰ ਡਿਸਟਰਬ ਨਹੀਂ ਕਰਨਾ ਨਹੀਂ ਤਾਂ ਮਤਲਬ ਨਿਆਣਾ ਅੱਧੀ ਰਾਤ ਵੀ ਆਵਾਜ਼ ਮਾਰਦਾ ਸੀ ਉੱਠ ਉੱਠ ਕੇ ਦੇਖਦੇ ਆ ਵੀ ਇਹਨੂੰ ਕੋਈ ਤੰਗੀ ਤਾਂ ਨਹੀਂ ਅਸੀਂ ਮੈਂ ਪਰਸੋਂ ਨਾ ਇੱਕ ਕਿਸੇ ਨੇ ਕੁਝ ਪਾਈ ਹੋਈ ਸੀ ਇੱਕ ਪਿਕਚਰ ਜੀ ਉਹ ਚ ਸੀਗਾ ਕਿ ਮਾਂ ਤੇ ਬੱਚਾ ਨਾ ਦੋਨੋਂ ਇੱਕੋ ਕਲਾਈਮੇਟ ਚ ਸੌਂਦੇ ਆ ਮਤਲਬ ਜਿਹੜਾ ਹੁਣ ਮੌਸਮ ਆ ਵੀ ਠੰਡ ਆ ਵੀ ਮਾਂ ਕੰਬੜਾ ਲੈ ਕੇ ਸੁੱਤੀ ਹੁੰਦੀ ਆ ਨਿਆਣਾ ਇਕੱਲੇ ਡਾਈਪਰ ਚ ਕਿਉਂਕਿ ਉਹਨੂੰ ਗਰਮੀ ਲੱਗ ਰਹੀ ਹੁੰਦੀ ਆ ਨਾ ਵੀ ਬੱਚਾ ਹੋ ਸਕਦਾ ਉਹ ਠੰਡ ਨਾ ਮਹਿਸੂਸ ਕਰ ਵੀ ਮਾਂ ਫਿਰ ਵੀ ਉੱਠ ਕੇ 36 ਵਾਰ ਉਹਦੇ ਤੇ ਕਪੜਾ ਦਊਗੀ ਹੈਨਾ ਉਹ ਕੀ ਆ ਉਹ ਮੇਰੀ ਗਿਲਟ ਆ ਕਿ ਮੇਰੇ ਨਿਆਣੇ ਨੂੰ ਠੰਡ ਨਾ ਲੱਗ ਜਵੇ ਮੈਂ ਇੱਕ ਵਾਰੀ ਡਾਕਟਰ ਅਮਰਵੀਰ ਉਹਨਾਂ ਨੂੰ ਦੱਸਿਆ ਮੈਂ ਕਿਹਾ ਜਦੋਂ ਮੇਰਾ ਬੇਟਾ 3 ਸਾਲ ਦਾ ਸੀ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਹੈਨਾ ਮੈਂ ਕਹਿੰਦੀ ਉਹ 2 ਸਾਲ ਅਸੀਂ ਇੰਨੇ ਜ਼ਿਆਦਾ ਸਟ्रेस 'ਚ ਕੱਡੇ ਵੀ ਮੈਨੂੰ ਇਹ ਲੱਗਿਆ ਮੈਂ 10 ਸਾਲ ਬੁੱਢੀ ਹੋ ਗਈ। ਉਹ ਕਹਿੰਦੇ ਤੁਹਾਡੇ ਬੱਚੇ ਦਾ ਇਲਾਜ ਕੀ ਸੀ ਦਵਾਈ ਸੀ ਨਾ? ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਤੁਸੀਂ ਦਵਾਈ ਦੇ ਰਹੇ ਸੀ ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਸਟ्रेस ਕੀ ਕਰ ਰਿਹਾ ਸੀ ਲੈ ਹਨਾ ਤੋ ਕਹਿੰਦੇ ਸਟ्रेस ਤਾਂ ਉਹਦੇ ਤੇ ਕੋਈ ਕੰਮ ਹੀ ਨਹੀਂ ਸੀ ਕਰਦਾ ਮਤਲਬ ਉਹ ਮੈਂ ਦੇਖਿਆ ਵੀ ਉਹ ਸਟ्रेस ਨਾ ਸੰਸਾਭ ਦੇ ਵਿੱਚ ਸੀਗਾ ਨਾ ਸਾਡੇ ਬਾਕੀ ਕਿਸੇ ਜੀ ਚ ਸੀਗਾ ਸਿਰਫ ਮੇਰੇ ਚ ਹੀ ਸੀਗਾ ਤੇ ਅਸੀਂ ਉਹ ਕਿਉਂ ਸੀਗਾ ਕਿਉਂਕਿ ਮੈਨੂੰ ਲੱਗਦਾ ਸੀ ਹਾਏ ਮੇਰੇ ਨਿਆਣੇ ਨੂੰ ਕੁਝ ਨਾ ਹੋ ਜਾਏ ਮਤਲਬ ਮੈਂ 24 ਘੰਟੇ ਉਹਦੇ ਲਈ ਅਵੇਲੇਬਲ ਹੁਮਾ ਮੈਂ ਉਹਨੂੰ ਹਰ ਚੀਜ਼ ਬਣਾ ਕੇ ਦਵਾ ਜੋ ਉਹਨੂੰ ਚਾਹੀਦੀ ਆ ਮਤਲਬ ਉਹਨੇ ਕਈ ਵਾਰ ਠੀਕ ਹੋਣਾ ਮੈਂ ਉਹਨੂੰ ਦੇਖਦੇ ਖਰੋਈ ਜਾਣਾ ਹਨ ਵੀ ਇਹ ਚੀਜ਼ਾਂ ਕਰਕੇ ਹੀ ਅਸੀਂ ਆਪਣੀ ਲਾਈਫ ਨੂੰ 4-5 ਸਾਲ ਕਈ ਵਾਰੀ ਅਪਸੈਟ ਕਰ ਲੈਂਦੇ ਆ ਸਾਨੂੰ ਅਸੀਂ ਹੋਰ ਆਲੇ ਦੁਆਲੇ ਕੁਝ ਨਹੀਂ ਸੋਚਣਾ ਚਾਹੁੰਦੇ ਕੁੜੀਆਂ ਕਹਿ ਦਿੰਦੀਆਂ ਨੇ ਬੱਚੇ ਹੁਣ ਤੋਂ ਬਾਅਦ ਸਰੀਰ ਖਰਾਬ ਹੋ ਗਿਆ ਕੀ ਨਿਆਣਾ 2 ਮਹੀਨੇ ਦਾ ਜਾਂ 4 ਮਹੀਨੇ ਦਾ ਨਿਆਣਾ ਤੁਹਾਡੀ ਉਂਗਲ ਫੜ ਕੇ ਰੋਕਦਾ ਵੀ ਮੰਮੀ ਤੂੰ ਅੱਧਾ ਘੰਟਾ ਬਾਹਰ ਸੈਰ ਨਾ ਕਰਕੇ ਆ ਹੈਨਾ ਕੋਈ ਬੱਚਾ ਨਹੀਂ ਰੋਕਦਾ ਤੁਹਾਨੂੰ ਤੁਸੀਂ ਹੁਣ ਵੀ ਸੈਰ ਕਰੋ ਤੁਹਾਡਾ ਘਰ ਵਾਲਾ ਬਰਾਬਰ ਸੈਰ ਕਰ ਰਿਹਾ ਹੁੰਦਾ ਤੁਸੀਂ ਨਿਆਣੇ ਨੂੰ ਗੋਦੀ ਚ ਲਈ ਬੈਠੇ ਹੈਨਾ ਤੁਸੀਂ ਛੱਡ ਵੀ ਸਕਦੇ ਹੋ ਕਿੰਨੀਆਂ ਮਾਮਾ ਨਾਲ ਉਹਦੇ ਸੱਸਔਰ ਕੰਪਲੇਨ ਕਰਦੇ ਆ ਵੀ ਇਹ ਸਾਰਾ ਦਿਨ ਇਹਨੂੰ ਗੋਦੀ ਚੋਂ ਨਹੀਂ ਉਤਾਰਦੇ ਮੈਂ ਉਹੀ ਕਹਿੰਦੀ ਆ ਕਿਉਂ ਨਹੀਂ ਕਿਉਂਕਿ ਅਸੀਂ ਨਾ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਵੀ ਤੂੰ ਘੰਟਾ ਮੇਰੇ ਬੱਚੇ ਨੂੰ ਦੇਖ ਲੈ ਹੈਨਾ ਕਿਉਂਕਿ ਮੈਂ ਇਹ ਵੀ ਨਹੀਂ ਕਹਣਾ ਚਾਹੁੰਦੀ ਵੀ ਇਹਦੇ ਨੇੜੇ ਨੂੰ ਅਸੀਂ ਦੇਖਿਆ ਜਾਂ ਫਿਰ ਇਹ ਇਹ ਤਾਂ ਨਿਆਣਾ ਨਹੀਂ ਸਾਮ ਹੁੰਦਾ ਹੈ ਕਿ ਕਹਿ ਵੀ ਦਿੰਦੇ ਨੇ ਕਿ ਪਰ ਮੈਨੂੰ ਲੱਗਦਾ ਜੇ ਇੱਕ ਕਹਿ ਵੀ ਦੋਗੇ ਫਿਰ ਕੀ ਫਰਕ ਪੈਂਦਾ ਆ ਬਿਲਕੁਲ ਨਾ ਤੁਹਾਡੇ ਬੱਚੇ ਨੂੰ ਤਾਂ ਪਤਾ ਹੈ ਨਾ ਦੇਖੋ ਜਿਨੇ ਜੰਮਿਆ ਉਹਦੇ ਤੋਂ ਸਕਾ ਤਾਂ ਕੋਈ ਨਹੀਂ ਉਹਦਾ ਹੈ ਨਾ ਜੇ ਤੁਸੀਂ ਦਿਨ ਚ ਘੰਟਾ ਮਤਲਬ ਮਹੀਨੇ ਚ 2 ਘੰਟੇ ਕੱਢ ਕੇ ਕਿਤੇ ਚਲੇ ਵੀ ਜਾਓਗੇ ਬਾਹਰ ਕਿਤੇ ਸਲੂਨ ਚਲੇ ਜਾਓਗੇ ਜਾਂ ਕੋਈ ਆਪਣੇ ਇਦਾਂ ਦੇ ਪਰਸਨਲ ਕੰਮ ਚਲੇ ਜਾਓਗੇ ਤਾਂ ਦੁਨੀਆ ਤੁਹਾਨੂੰ ਜੱਜ ਕਰਦੀ ਕਰੀ ਜਾਵੇ ਤੁਸੀਂ ਕਿਸੇ ਤੋਂ ਸਰਟੀਫਿਕੇਟ ਲੈਣਾ ਉਸ ਚੀਜ਼ ਦਾ ਹੈ ਨਾ ਜੇ ਮੈਂ ਮੇਰੇ ਬੱਚੇ ਦਾ ਮੈਨੂੰ ਪਤਾ ਹੈ 12ਵਾਂ ਆ ਕੇ ਕੋਈ ਮੈਨੂੰ ਦੱਸੂਗਾ ਕਿ ਤੂੰ ਬੱਚੇ ਕਿਵੇਂ ਸੰਭਾਲੋ ਉਹਨੇ ਤਾਂ ਨਹੀਂ ਮੇਰੇ ਬੱਚੇ 16 17 ਸਾਲ ਦੇ ਕਿਤੇ ਮੈਂ ਹੀ ਕਿਤੇ ਆ ਨਾ ਤੇ ਤੁਸੀਂ ਕਿਸੇ ਤੋਂ ਸਰਟੀਫਿਕੇਟ ਲੈਣਾ ਕਿਉਂ ਚਾਹੁੰਦੇ ਹੋ ਇੰਨੀ ਤਾਰੀਫ ਤੁਹਾਨੂੰ ਕਾਦੇ ਲਈ ਚਾਹੀਦੀ ਆ ਕਿਸੇ ਨੂੰ ਮੈਂ ਵੀ ਨਹੀਂ ਕਿ ਪਿਕਚਰ ਦੇਖੀ ਉਹਦੇ ਵਿੱਚ ਕੁੜੀ ਪਿੱਛੇ ਬੈਠੀ ਹੁੰਦੀ ਆ ਤੇ ਬੱਚੇ ਦੇ ਨਾ ਦਾਦਾ ਦਾਦੀ ਉਹਨੂੰ ਸੰਭਾਲ ਰਹੇ ਹੁੰਦੇ ਨੇ ਕਿਤੇ ਨੈਪੀ ਚੇਂਜ ਕਰ ਰਹੇ ਸੀ ਜਾਂ ਕੁਛ ਦੁੱਧ ਪਿਆ ਰਹੇ ਸੀ ਥੱਲੇ ਕੈਪਸ਼ਨ ਲਿਖਿਆ ਹੋਇਆ ਸੀ ਵੀ ਇੰਨਾ ਨਹੀਂ ਕਿਹਾ ਸੀ ਨਿਆਣੇ ਕਰ ਲੋ ਹਨਾ ਉਹ ਜਦੋਂ ਬੱਚਾ ਘਰ ਚ ਹੁੰਦੇ ਸਿਰਫ ਤੁਸੀਂ ਮਾਂ ਨਹੀਂ ਬਣਦੇ ਤੁਸੀਂ ਕਿਸੇ ਨੂੰ ਪਿਓ ਵੀ ਬਣਾਉਨੇ ਹੋ ਤੁਸੀਂ ਕਿਸੇ ਨੂੰ ਦਾਦਾ-ਦਾਦੀ ਵੀ ਬਣਾਉਨੇ ਹੋ ਕਿਸੇ ਨੂੰ ਚਾਚਾ ਚਾਚੀ ਬਣਾਉਨੇ ਹੋ ਮਤਲਬ ਉਹ ਬੱਚਾ ਜਦੋਂ ਆਉਂਦਾ ਉਹ ਹਰ ਇੱਕ ਨੂੰ ਆਦਾ ਦਿੰਦਾ ਆ ਹੈਨਾ ਤਾਂ ਆਪਾਂ ਕਹਿੰਦੇ ਆ ਕਿ ਦਾਦਾ-ਦਾਦੀ ਬਣਨਾ ਵੀ ਮੇਰੇ ਨਾ ਮੰਮੀ ਕਹਿੰਦੇ ਹੁੰਦੇ ਆ ਕਿ ਦਾਦਾ-ਦਾਦੀ ਬਣਨਾ ਵੀ ਇਹਨਾਂ ਸੌਖਾ ਨਹੀਂ ਹੁੰਦਾ ਹੈਗਾ ਹੈਨਾ ਕਿ ਤੁਹਾਨੂੰ ਵੀ ਬੱਚੇ ਲਈ ਓਨੇ ਹੀ ਰਿਸਪੌਂਸੀਬਲ ਫੀਲ ਹੋਣਾ ਪੈਂਦਾ ਆ ਕਿ ਜਿੰਨੇ ਉਹਦੇ ਮਾਂ-ਬਾਪ ਨੇ ਕੀ ਹੈਨਾ ਆਪਾਂ ਕਹਿੰਦੇ ਵੀ ਦਾਦਾ-ਦਾਦੀ ਬਣਨ ਦਾ ਹੀ ਚਾ ਸੀਗਾ ਜਦੋਂ ਬੱਚੇ ਸੰਭਾਲਣ ਦੀ ਗੱਲ ਆਉਂਦੀ ਹੈ ਕਈ ਵਾਰ ਫਿਰ ਉੱਥੇ ਅਸੀਂ ਪੈਰ ਖਿੱਚੀ ਪਿੱਛੇ ਖਿੱਚ ਲੈਣੇ ਹਨ ਜਿਵੇਂ ਹੁਣ ਮੈਂ ਆਪਣੇ ਬੱਚਿਆਂ ਨੂੰ ਆਰਾਮ ਨਾਲ ਪਿੱਛੇ ਛੱਡ ਕੇ ਆ ਸਕਦੀ ਹਾਂ ਵੀ ਹਾਂ ਉਹਦੇ ਦਾਦੀ ਦੇਖ ਲੈਂਦੇ ਨੇ ਹਨਾ ਹਾਂ ਇਹ ਵੀ ਨਹੀਂ ਵੀ ਹਾਂ ਉਹੀ ਦੇਖਣਗੇ ਹਨਾ ਪਰ ਕਈ ਵਾਰੀ ਸੇ ਘਰ ਚੋਂ ਹੀ ਹੈਲਪ ਲੈਣਾ ਜਾਂ ਹੈਲਪ ਦੇਣਾ ਕਿਸੇ ਨੂੰ ਇੰਨਾ ਵੱਡਾ ਬਣਾ ਲੈਣੇ ਵੀ ਦੂਜੇ ਬੰਦੇ ਨੂੰ ਅਲਾਦਾ ਵੀ ਯਰ ਕਹਿਣ ਨਾਲੋਂ ਆਪ ਹੀ ਕਰ ਲਓ ਹਨਾ ਉਹ ਆਪ ਹੀ ਕਰਨ ਦੇ ਚੱਕਰ ਚ ਫਿਰ ਬੰਦਾ ਤੰਗ ਹੁੰਦਾ ਫਿਰ ਆਪਾਂ ਕਹਿੰਦੇ ਆ ਵੀ ਅੱਜ ਕੱਲ ਲੋਕੀ ਸੋਚਦੇ ਨੇ ਇੱਕ ਇੱਕ ਬੱਚਾ ਹੀ ਘਾਤੇ ਹੈਨਾ ਕਿਉਂਕਿ ਉਹ ਟਾਈਮ ਹੀ ਨਾ ਕੁੰਦਾਇਆ ਕਿਉਂਕਿ ਲਾਈਫ ਸਟਾਈਲ ਬਦਲ ਗਿਆ ਸਾਰੇ ਜਣੇ ਆਪਾਂ ਬਾਹਰ ਆਉਨੇ ਆ ਕੰਮਾਂ ਕਰਾਂ ਤੇ ਜਾਂਨੇ ਆ ਜਾਂ ਫਿਰ ਘਰਾਂ ਦੇ ਮਾਹੌਲ ਇਦਾਂ ਦੇ ਹੋ ਗਏ ਜਾਂ ਪਰਿਵਾਰ ਸਾਡੇ ਛੋਟੇ ਹੋ ਗਏ ਕਿ ਸਾਡੇ ਕੋਲੇ ਬੱਚਾ ਇੱਕ ਬੱਚਾ ਸਾਂਭਣ ਜੋਗੀ ਟਾਈਮ ਆ ਜੇ ਮੈਂ ਤੁਹਾਨੂੰ ਸੱਚੀ ਕਹਾਂ ਹਨਾ ਅੱਜ ਦੇ ਟਾਈਮ ਤੇ ਜੇ ਤੁਸੀਂ ਦੂਜਾ ਬੱਚਾ ਕਰਦੇ ਹੋ ਤਾਂ ਮੇਕਸ ਕਿੰਨੇ ਜਾਣੇ ਨੇ ਸਾਡੇ ਸਰਕਲ ਚ ਕਿੰਨੇ ਜਾਣੇ ਨੇ ਜਿਨ੍ਹਾਂ ਨੇ ਕਿਹਾ ਕਿ ਯਾਰ ਮਤਲਬ ਤੁਹਾਨੂੰ ਤੁਸੀਂ ਦੂਜੇ ਬੱਚੇ ਬਾਰੇ ਸੋਚਿਆ ਹਨਾ ਮੈਨੂੰ ਲੱਗਦਾ ਕਿ ਉਹ ਉਹ ਲੋਕੀ ਨੇਗੇ ਜਿਨ੍ਹਾਂ ਨੂੰ ਪਹਿਲੇ ਬੱਚੇ ਬਾਰੇ ਬਿਲਕੁਲ ਹੈਲਪ ਨਹੀਂ ਮਿਲੀ ਜਿੰਨਾਂ ਦਾ ਪੂਰਾ ਹੀ ਟਾਈਮ ਇੱਕ ਬੱਚੇ ਦੀ ਸਾਂਭ ਸੰਭਾਲ ਦੇ ਵਿੱਚ ਹੀ ਚਲਿਆ ਗਿਆ ਤੇ ਉਹ ਆਪਣੀ ਜ਼ਿੰਦਗੀ ਉਹਨਾਂ ਨੂੰ ਲੱਗਦਾ ਕਿ ਜ਼ਿੰਦਗੀ 'ਚ ਪੌਜ਼ ਲੱਗ ਗਿਆ ਸਾਡੇ ਹਨਾ ਫੁੱਲ ਸਟਾਪ ਲੱਗ ਗਿਆ ਤਾਂ ਉਹ ਨਹੀਂ ਸੋਚਣਾ ਚਾਹੁੰਦੇ ਕਿ ਹਾਂ ਅਸੀਂ ਦੂਜਾ ਬੱਚਾ ਵੀ ਕਰੀਏ ਮੇਰੇ ਨਾਲ ਇੱਕ ਭੈਣ ਨੇ ਉਹ ਉਹਨਾਂ ਦੀ ਸੇਮ ਪ੍ਰੋਬਲਮ ਸੀ ਉਹਨਾਂ ਦੇ ਜਦੋਂ ਬੱਚਾ ਹੋਇਆ ਉਹਨਾਂ ਦੇ ਸੱਸੋਹਰਾ ਕੈਨੇਡਾ ਰਹਿੰਦੇ ਸੀ ਹਨਾ ਉਹ ਆਪ ਗਵਰਨਮੈਂਟ ਜੌਬ ਕਰਦੇ ਸੀ 6 ਮਹੀਨੇ ਉਹਨਾਂ ਨੂੰ ਛੁੱਟੀ ਮਿਲੀ ਚਲੋ ਤੇ ਉਹਨਾਂ ਨੇ ਸੰਭਾਲਿਆ ਆਪਣੇ ਬੇਟੇ ਨੂੰ ਮੁੜ ਕੇ ਮਤਲਬ ਸਾਰੇ ਰਿਸ਼ਤੇਦਾਰਾਂ ਨੂੰ ਕਿਆ ਕਰਨ ਵੀ ਮੈਂ ਨਾ ਕੰਨਾਂ ਨੂੰ ਹੱਥ ਲਾ ਲੇ ਮੈਨੂੰ ਮੈਨੂੰ ਦੂਜਾ ਬੱਚਾ ਨਹੀਂ ਚਾਹੀਦਾ ਤੇ ਜਦੋਂ ਉਹਨਾਂ ਦੇ ਦੂਜਾ ਬੇਟਾ ਹੋਇਆ ਮਤਲਬ ਸਾਰੇ ਲੋਕ ਕਹਿਣ ਲੱਗੇ ਵੀ ਨਹੀਂ ਇੱਕ ਬੱਚਾ ਦਾ ਹੋਰ ਤਾਂ ਉਹਨਾਂ ਦਾ ਪਹਿਲਾ ਬੇਟਾ 11 ਸਾਲ ਦਾ ਸੀਗਾ ਹਨਾ ਤੇ ਉਦੋਂ ਉਹ ਫਿਰ ਮਤਲਬ ਸਾਲ ਕੁ ਬਾਅਦ ਸਾਰਿਆਂ ਨੂੰ ਕਿਆ ਕਰਨ ਵੀ ਨਹੀਂ ਜੇ ਬੱਚੇ ਦੋ ਕਰਨੇ ਹੁੰਦੇ ਹਨ ਨਾ ਦੋ ਸਾਲ ਜੀ ਵਿਲੇ ਹੋ ਜਾਣ ਮਿਲ ਤੋ ਆ ਕੇ ਨਾਲ ਉਹ ਕਹਿੰਦਾ ਵੀ ਹੁਣ ਜਿਹੜਾ ਵੱਡਾ ਉਹਨੂੰ ਸਮਝ ਹੀ ਨਹੀਂ ਆ ਰਹੀ ਵੀ ਘਰ ਚ ਇੱਕ ਛੋਟਾ ਨਿਆਣਾ ਹੈ ਨਾ ਵੀ ਉਹ ਉਵੇਂ ਹੀ ਰੌਲਾ ਪਾਉਂਦਾ ਉਵੇਂ ਭੱਜਿਆ ਤੁਰਿਆ ਫਿਰਦਾ ਮਤਲਬ ਉਹਨੂੰ ਸਮਝ ਨਹੀਂ ਆ ਰਹੀ ਤੇ ਆਪਣੀ ਹੈਲਥ ਵੀ ਭੈਣੀ ਇਸ ਕਾਰਨ ਲਈ ਅਲਾਉ ਨਹੀਂ ਕਰਦੀ ਕਿਉਂਕਿ ਪਹਿਲੇ ਬੱਚੇ ਲਈ ਨਾ ਤੁਸੀਂ ਪੂਰਾ ਪੂਰਾ ਦਿਨ ਉਹਨੂੰ ਬਾਹਾਂ 'ਤੇ ਚੱਕ ਕੇ ਲੋਰੀਆਂ ਦਿੰਦੇ ਰਹਿੰਦੇ ਨੇ ਦੂਜੀ ਵਾਰੀ ਤੁਹਾਡੀ ਆਪਣੀ ਫਿਜ਼ੀਕਲ ਹੈਲਥ ਵੀ ਮੇਰੇ ਬਹੁਤ ਜ਼ਿਆਦਾ ਵੀਕ ਹੁੰਦੀ ਹੈ ਜਦੋਂ ਮੇਰਾ ਡਿਸਚਾਰਜ ਹੋਇਆ ਤਾਂ ਉਦੋਂ ਮੇਰੀ ਡਾਕਟਰ ਨੇ ਗੱਲ ਕਹੀ ਸੀ ਕਿ ਗੁੱਡ ਡਾਈਟ ਲੈਣੀ ਆ ਕਿਉਂਕਿ ਪਹਿਲੀ ਵਾਰ ਨਹੀਂ ਹੈਗਾ ਜਦੋਂ ਦੂਜੀ ਵਾਰ ਬੱਚਾ ਹੁੰਦਾ ਤੁਹਾਡੇ ਮਸਲਸ ਲੂਜ਼ ਹੋ ਜਾਂਦੇ ਨੇ ਤੁਹਾਡੀ ਬਾਡੀ 'ਚ ਬਹੁਤ ਜ਼ਿਆਦਾ ਚੇਂਜਸ ਹੁੰਦੇ ਨੇ ਕਿਉਂਕਿ ਮੇਰੀ ਸੈਕੰਡ ਟਾਈਮ ਵੀ ਸਰਜਰੀ ਸੀ ਉਹ ਕਹਿੰਦੇ ਕਿ ਜੇ ਕੱਪੜੇ ਨੂੰ ਵੀ ਢੇੜ ਕੇ ਦੋ ਵਾਰੀ ਸਿਉਣ ਲਾਉਣੀ ਹੋਵੇ ਨਾ ਕਦੇ ਓਦਾਂ ਦੀ ਸਿਉਣ ਨਹੀਂ ਵੱਜਦੀ ਹੁੰਦੀ ਸੋ ਆਪਣੇ ਸਰੀਰ ਦਾ ਬਹੁਤ ਜ਼ਿਆਦਾ ਧਿਆਨ ਦੇਣਾ ਤੇ ਹੁਣ ਮੈਂ ਦੇਖਦੀ ਹੁਣੇ ਕਿ ਕਈ ਵਾਰ ਬਖਤਾਵਰ ਨੂੰ ਮੈਨੂੰ ਨਾ 10 ਮਿੰਟ ਗੋਦੀ ਚਾਹ ਲੈ ਕੇ ਬੈਠਣਾ ਵੀ ਔਖਾ ਲੱਗਦਾ ਆ ਕਿਉਂਕਿ ਤੁਹਾਡੀ ਫਿਜ਼ੀਕਲ ਕਪੈਸਿਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਘਟ ਜਾਂਦੀ ਇੱਕ ਤਾਂ ਉਮਰ ਦੇ ਨਾਲ ਵੀ ਐਂਡ ਜਦੋਂ ਦੂਜੀ ਵਾਰ ਬੱਚਾ ਹੁੰਦਾ ਉਹ ਤੁਹਾਡੀ ਸਾਰੀ એનર્ਜੀ ਬਾਡੀ ਦੀ ਚਲੀ ਜਾਂਦੀ ਆ ਹਨ ਕਦੇ ਵੀ ਇੱਕ ਚੀਜ਼ ਆਖਰੀ ਮਤਲਬ ਆਪਾਂ ਬਹੁਤ ਲੰਮਾ ਕਰ ਲਾਨੇ ਆ ਪ੍ਰੋਗਰਾਮ ਐ ਥੋੜੇ ਦਿਨ ਪਹਿਲਾਂ ਨਾ ਉਹ ਕਹਿੰਦੀ ਵੀ ਮੈਨੂੰ ਨਾ ਆਪਣੀ ਉਮਰ ਤੋ ਕੋਈ ਡਰ ਨਹੀਂ ਲੱਗਦਾ ਵੀ ਮੈਂ ਜੇ ਮੈਂ 45 ਸਾਲ ਦੀ ਦਿਖਾਂ ਜਾਂ 40 ਸਾਲ ਦੀ ਦਿਖਾਂ ਮੈਨੂੰ ਇਸ ਚੀਜ਼ ਤੋਂ ਕੋਈ ਡਰ ਨਹੀਂ ਹੈਗਾ ਹਨਾ ਕਿੰਨੇ ਮੈਂ ਦੋ ਬੱਚਿਆਂ ਦੀ ਮਾਂ ਮੈਂ ਕਿਉਂ ਨਹੀਂ ਦਿਖੂੰਗੀ ਹਾਂ ਅੱਜ ਕੱਲ ਨਾ ਅਸੀਂ ਮਾਂ ਵੀ ਨਹੀਂ ਦਿਖਣਾ ਚਾਹੁੰਦੇ ਅਸੀਂ ਅਸੀਂ ਹਮੇਸ਼ਾ ਸੋਚਦੇ ਕਿ ਲੋਕ ਮੈਨੂੰ 20 ਸਾਲ ਦੀ ਉਹ ਪਤਾ ਕਿਉਂ ਨਹੀਂ ਦਿਸਣਾ ਚਾਹੁੰਦੇ ਮੈਂ ਨਾ ਹੋ ਸਕਦਾ ਕਿਸੇ ਨੂੰ ਇਹ ਗੱਲ ਬੁਰੀ ਲੱਗੇ ਪਰ ਬਹੁਤ ਸਾਰੇ ਬੰਦੇ ਜਿਹੜੇ ਕਿ ਮੈਂ ਇਹ ਗੱਲ ਕਰਦੇ ਸੁਣੇ ਨੇ ਵੀ ਅੱਜ ਕੱਲ ਕੁੜੀਆਂ ਬੱਚੇ ਜੰਮਣ ਤੋਂ ਡਰਦੀਆਂ ਨੇ ਅੱਜ ਕੱਲ ਕੁੜੀਆਂ ਬ੍ਰੈਸਟ ਫੀਡਿੰਗ ਨਹੀਂ ਕਰਨਾ ਚਾਹੁੰਦੀਆਂ ਕਿਉਂਕਿ ਉਹਨਾਂ ਦੇ ਸਰੀਰ ਖਰਾਬ ਹ ਉਹੀ ਬੰਦੇ ਮੈਂ ਕੁੜੀਆਂ ਦੇ ਸਰੀਰ ਨੂੰ ਲੈ ਕੇ ਗੱਲਾਂ ਕਰਦੇ ਕੰਨੀ ਸੋੜਦੇ ਆਪਾਂ ਦੇਖੀਏ ਉਹ ਤਾਂ ਇਹੋ ਜਿਹੀ ਹੋਗੀ ਹੂੰ ਉਹ ਤਾਂ ਨਿਆਣੇ ਤੋਂ ਬਾਅਦ ਇਹੋ ਜਿਹੀ ਹੋਗੀ ਹੈਨਾ ਤਾਂ ਫਿਰ ਉੱਥੇ ਬੰਦਾ ਕਿਉਂ ਨਹੀਂ ਸੋਚੂਗਾ ਹੂੰ ਹੂੰ ਆਬੀਅਸਲੀ ਸੋਚੂਗਾ ਫਿਰ ਇਹਦਾ ਹੱਲ ਵੀ ਹੈ ਕਿ ਤੁਸੀਂ ਸੈਲਫਿਸ਼ ਹੋ ਉਹ ਥੋੜੇ ਜਿਹੀ ਉਹੀ ਚੀਜ਼ ਆਪਾਂ ਉਸ ਚੀਜ਼ ਤੋਂ ਬਾਹਰ ਕਿਉਂ ਨਹੀਂ ਨਿਕਲਦੇ ਗਵਰਨਮੈਂਟ ਵੀ ਤੁਹਾਨੂੰ 6 ਮਹੀਨੇ ਦੀ ਛੁੱਟੀ ਦਿੰਦੇ ਆ ਹਨਾ ਕੀ ਤੁਸੀਂ 24 ਘੰਟੇ ਤਾਂ ਨਹੀਂ ਬੱਚੇ ਤੇ ਹਾਂ ਜ਼ਰੂਰੀ ਆ ਕਿ ਮਹੀਨੇ ਦਾ ਜਦੋਂ ਬੱਚਾ ਹੁੰਦਾ ਤਕਰੀਬਨ ਤੁਹਾਡੇ 24 ਘੰਟੇ ਉਹਦੇ ਤੇ ਲੰਘ ਜਾਂਦੇ ਆ ਹਨਾ 2 ਮਹੀਨੇ ਦਾ ਤੁਹਾਡਾ ਟਾਈਮ ਉਹ ਘੱਟ ਲੈਣ ਲੱਗ ਜਾਂਦਾ 3 ਮਹੀਨੇ ਤੇ ਹੋਰ ਘੱਟ ਲੈਂਦਾ ਅਸੀਂ ਉਸ ਟਾਈਮ ਵੀ ਆਪਦੇ ਲਈ ਕੋਈ ਮਿਹਨਤ ਨਹੀਂ ਕਰਦੇ ਵੀ ਹੁਣ ਮੈਂ ਆਪਣੇ ਸਰੀਰ ਨੂੰ ਪਹਿਲੇ ਟਰੈਕ ਤੇ ਲੈ ਆਵਾਂ ਉਮਰ ਬਦਲਣਾ ਥੋੜਾ ਦਿਖਣਾ ਹੈ ਉਹ ਤਾਂ ਪਤਾ ਹੀ ਵੱਡੀ ਗੱਲ ਹੈ ਪਰ ਹੁਣ ਜੇ ਤੁਸੀਂ ਵੀ ਉਸ ਮਟਾਪੇ ਨੂੰ ਵੀ ਇੰਜੋਏ ਕਰੀ ਜਾ ਰਹੇ ਹੋ ਬਹਿ ਕੇ ਹਨ ਜੇ ਤੁਸੀਂ ਆਪਣੀ ਜ਼ਿੰਦਗੀ ਚ ਬੱਚਾ ਹੋਣ ਤੋਂ ਬਾਅਦ ਕੋਈ ਬਦਲਾਅ ਵੀ ਨਹੀਂ ਕਰ ਰਹੇ ਜੇ ਤੁਹਾਨੂੰ 6 ਮਹੀਨੇ ਜਾਂ ਸਾਲ ਮਿਲਿਆ ਹਨ ਤੁਸੀਂ ਕਿਸੇ ਨੂੰ ਕਹੋ ਵੀ ਅੱਧਾ ਘੰਟਾ ਤੂੰ ਸਮਾੜ ਮੈਨੂੰ ਮੇਰੇ ਲਈ ਵੀ ਜ਼ਰੂਰਤ ਆ ਹੈਨਾ ਅਸੀਂ ਕਹਿੰਦੇ ਵੀ ਕੁਝ ਵੀ ਹੋ ਜਾਵੇ ਚਾਹੇ ਮੈਂ ਦਿਨ ਚ ਨਹਾਵਾਂ ਨਾ ਚਾਹੇ ਮੇਤੋਂ ਕੱਪੜੇ ਨਾ ਬਦਲੇ ਜਾਣ ਚਾਹੇ ਮੇਤੋਂ ਸਿਰ ਨਾ ਵਾਇਆ ਜਾਵੇ ਪਰ ਬਸ ਮੇਰੇ ਨਿਆਣੇ ਨੂੰ ਨਾ ਕੁਝ ਹੋ ਜਾਵੇ ਹੈਨਾ ਆਪਾਂ ਨੂੰ ਕਿੰਨੇ ਡਾਕਟਰ ਨੇ ਉਹ ਕਹਿੰਦੇ ਨੇ ਵੀ ਬੱਚੇ ਨੂੰ ਇੰਨੀ ਫੀਡ ਦੀ ਜ਼ਰੂਰਤ ਨਹੀਂ ਹੁੰਦਾ ਜਿੰਨਾ ਉਹਨੂੰ ਰੋਂਦਾ ਦੇਖ ਕੇ ਮਾਈ ਪਿਆਈ ਦਿੰਦੀ ਹੈ ਹਨਾ ਮਾਈ ਦਿੰਦੀਆਂ ਤੇ ਬੱਚੇ ਅੱਜਕੱਲ ਓਵਰਫੀਟਿੰਗ ਓਵਰਫੀਡਿੰਗ ਸਿੰਡਰੋਮ ਉਹਦਾ ਸ਼ਿਕਾਰ ਹੋ ਰਹੇ ਨੇਗੇ ਕਿਉਂਕਿ ਸਾਨੂੰ ਲੱਗਦਾ ਰੋਮ ਦਾ ਤੇਨ ਦੁੱਧ ਦੀ ਚਾਹੀਦਾ ਹੈ ਬਿਲਕੁਲ ਮੈਨੂੰ ਬਸ ਇੱਕ ਕੁੜੀ ਮਿਲਦੀ ਹੁੰਦੀ ਹੈ ਉਹ ਮੈਨੂੰ ਕਈ ਵਾਰੀ ਕਹੂਗੀ ਮੇਰੀ ਬੇਟੀ 7 ਮਹੀਨੇ ਦੀ ਆ ਤੇ ਮੈਨੂੰ ਬੜੀ ਗਿਲਟ ਫੀਲ ਹੁੰਦੀ ਹੈ ਉਹਨੇ ਹੁਣੇ ਦੁਬਾਰਾ ਜੁਆਇਨ ਕੀਤਾ ਹਨ ਕਹਿੰਦੀ ਮੈਂ ਕਈ ਵਾਰੀ ਉਹਨਾਂ ਸੁੱਤੀ ਪਈ ਨੂੰ ਜਾ ਕੇ ਦੇਖ ਕੇ ਰੋਣ ਲੱਗ ਜਾਂਦੀ ਆ ਮੈਂ ਉਹਨੂੰ ਕਿੰਨੀ ਵਾਰੀ ਦੱਸਿਆ ਮੈਂ ਕਿਹਾ ਜਦੋਂ ਪਹਿਲੀ ਵਾਰੀ ਮੇਰਾ ਬੱਚਾ ਆਇਆ ਸੀਗਾ ਨਾ ਮੈਂ ਸਾਰਾ ਦਿਨ ਘਰੇ ਹੁੰਦੀ ਸੀ ਮੈਂ ਫਿਰ ਵੀ ਤਕਲੀਫ ਚ ਰਹਿੰਦੀ ਸੀ ਕਿਤੇ ਉਹਨੂੰ ਕੋਈ ਤਕਲੀਫ ਨਾ ਹੋਵੇ ਮੈਂ ਕਿਹਾ ਤੂੰ ਕਿਉਂ ਰੋਣੀ ਆ ਮੈਂ ਕਿਹਾ ਤ ਮੈਂ ਕਿਹਾ ਫਿਰ ਤੋਂ ਨਹੀਂ ਹੈ ਨਾ ਮਤਲਬ ਅਸੀਂ ਜਿਹੜੇ ਜੀ इमोਸ਼ਨਲੀ ਇੰਨੀ ਜ਼ਿਆਦਾ ਅਟੈਚਮੈਂਟ ਕਰ ਲੈਂਦੇ ਆ ਵੀ ਅਸੀਂ ਆਪਣੀ ਲਾਈਫ ਚ ਐਬਸੈਂਟ ਹੋ ਜਾਂਦੇ ਆ ਹਾਂ ਬਿਲਕੁਲ ਸਹੀ ਗੱਲ ਆ ਸੋ ਜ਼ਰੂਰੀ ਹੈ ਵੀ ਜਦੋਂ ਤੁਸੀਂ ਮਾਂ ਬਣਦੇ ਹੋ ਤੁਸੀਂ ਮਦਰਹੂਡ ਦੇ ਫੇਸ ਦੇ ਵਿੱਚ ਆਉਂਦੇ ਹੋ ਇਸ ਚੀਜ਼ ਨੂੰ ਇੰਜੋਏ ਕਰੋ ਨਾ ਕਿ ਇੰਨੇ ਜ਼ਿਆਦਾ ਸੀਰੀਅਸ ਹੋ ਕੇ ਟੈਨਸ਼ਨ ਲੈ ਕੇ ਇਸ ਚੀਜ਼ ਨੂੰ ਇੰਨਾ ਵੱਡਾ ਹੂਆ ਬਣਾ ਲਓ ਕਿ ਤੁਸੀਂ ਆਪ ਹੀ ਸੋਚੋਗੇ ਮੈਂ ਦੂਜੀ ਵਾਰੀ ਮਾਂ ਨਹੀਂ ਬਣਨਾ ਹੈਗਾ ਚੀਜ਼ਾਂ ਇੰਨੀਆਂ ਕਈ ਬਈ ਔਖੀਆਂ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਔਖੀਆਂ ਬਣਾ ਲੈਂਦੇ ਆ ਤੁਹਾਨੂੰ ਇਸ ਮੌਕੇ ਹੈਲਪ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਆ ਅਗਰ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਜ਼ਰੂਰਤ ਆ ਤੁਸੀਂ ਜ਼ਰੂਰ ਆਪਣੇ ਪਰਿਵਾਰ ਦੀ ਜੀਆਂ ਤੋਂ ਵੀ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਹੈਲਪ ਚਾਹੀਦੀ ਆ ਇਸ ਮੌਕੇ ਜਾਂ ਮੈਨੂੰ ਸਮਾਂ ਚਾਹੀਦਾ ਆਪਣੇ ਲਈ ਤਾਂ ਤੁਸੀਂ ਮੇਰਾ ਬੱਚਾ ਦੇਖੋ ਹਨ ਸੋ ਇੰਜੋਏ ਕਰੋ ਸੋਹਣੇ ਤਿਆਰ ਹੋ ਕੇ ਰਹੋ ਕਦੇ-ਕਦਾਈ ਆਪਣੇ ਬੱਚਿਆਂ ਦੇ ਨਾਲ ਸਗਰ ਤੇ ਬਾਹਰ ਜਾਓ ਭਾਵੇਂ ਇਕੱਲੇ ਬਾਹਰ ਜਾਓ ਥੋੜਾ ਟਾਈਮ ਜ਼ਰੂਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰੋ ਨਾ ਕਿ ਇਹ ਕਹੋ ਕਿ ਮੇਰੀ ਲਾਈਫ ਖਤਮ ਹੋ ਗਈ ਪ੍ਰੋਗਰਾਮ ਕੱਲ ਤੇ ਗੱਲ ਚ ਇੰਨਾ ਹੀ ਆਪਾਂ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ